ਵਟਸਐਪ ਦਾ ਸਵਾਗਤ ਕਰਕੇ ਗੱਲ ਨੂੰ ਅੱਗੇ ਤੋਰਾਂਗੇ ਤੇ ਪਹਿਲਾਂ ਧੰਨਵਾਦ ਕਰਾਂਗੇ ਉਹਨਾਂ ਸ਼ਖਸੀਅਤਾਂ ਦਾ ਜਿਹੜੇ ਸਾਥ ਸਹਿਯੋਗ ਸਾਨੂੰ ਹਮੇਸ਼ਾ ਹੀ ਦਿੰਦੇ ਆ ਤੇ ਇਹਨਾਂ ਨਾਵਾਂ ਦੇ ਵਿੱਚ ਇੱਕ ਨਾਂ ਹੈ ਜਸਵਿੰਦਰ ਸਿੰਘ ਮਿਸੀਸਿਪੀ ਵਾਲੇ ਜਿਹੜੇ ਸਾਡੇ ਇਸ ਪ੍ਰੋਗਰਾਮ ਦੇ ਸਪਾਂਸਰ ਨੇ ਸਹਿਯੋਗੀ ਨੇ ਜਸਵੰਤ ਸਿੰਘ ਸੋਤਾ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਉਹ ਵੀ ਸਾਡੇ ਨਾਲ ਜੁੜਦੇ ਨੇ ਤੇ ਪਿੰਡ ਸਿੰਧਮਾ ਦੋਨਾ ਜ਼ਿਲ੍ਹਾ ਕਪੂਰਥਲਾ ਉਹਨਾਂ ਦੇ ਨਿਵਾਸੀਆਂ ਨੇ ਵੀ ਪ੍ਰੋਗਰਾਮ ਨੂੰ ਸਪਾਂਸਰ ਲਗਾਤਾਰ ਕਰਨ ਦੀ ਰਵਾਇਤ ਤੋਰੀ ਹੋਈ ਹੈ ਤੇ ਵਟਸਐਪ ਸਵਾਗਤ ਤੁਹਾਡਾ ਵੀ ਜੀ ਸਤਿ ਸ੍ਰੀ ਅਕਾਲ ਸ਼ੁਕਰੀਆ ਮਿਹਰਬਾਨੀ ਸੁਖਨੈਪ ਜੀ ਰੇਡੀਓ ਚੰਨ ਪ੍ਰਦੇਸੀ ਦੇ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਕਰੀ ਸਤਿ ਸ੍ਰੀ ਅਕਾਲ ਖਬਰਾਂ ਨੂੰ ਸਪਾਂਸਰ ਕੀਤਾ ਜਾ ਰਿਹਾ ਸਰਦਾਰ ਕਮਲਜੀਤ ਸਿੰਘ ਜੀ ਚੱਠਾ USA ਵਾਲਿਆਂ ਵੱਲੋਂ ਜੀ ਤੇ ਵਟਸਐਪ ਖਬਰਾਂ ਦੀ ਦੁਨੀਆਂ 'ਚ ਚੱਲੀਏ ਤਾਂ ਜੀ ਕਾਫੀ ਖਬਰਾਂ ਨੇ ਚੰਗੀਆਂ ਨੇ ਕੁਛ ਮਾੜੀਆਂ ਨੇ ਤੇ ਪੰਨੂ ਸਾਹਿਬ ਵੀ ਲੁਧਿਆਣੇ ਦੀ ਗੱਲ ਕਰਕੇ ਗਏ ਆ ਤੇ ਉੱਥੋਂ ਹੀ ਆਪਾਂ ਅੱਗੇ ਸੰਡ ਲਾ ਲਈਏ ਖਬਰਾਂ ਨੂੰ ਲੁਧਿਆਣੇ ਦੇ ਵਿੱਚ ਸਿਆਸੀ ਸਰਗਰਮੀਆਂ ਕਿੰਨੀਆਂ ਕੁ ਸਿਖਰਾਂ ਤੇ ਆ ਸੁਖਨੈਪ ਜੀ ਲੰਘੇ ਵੀਕਐਂਡ ਤੇ ਮੈਂ ਥੋੜਾ ਜਿਹਾ ਸਮਾਂ ਲੁਧਿਆਣੇ ਦੇ ਵਿੱਚ ਲਾਇਆ ਮੈਂ ਕਿਹਾ ਵੇਖੀਏ ਤੁਸੀਂ ਜਾ ਕੇ ਸਿਆਸੀ ਤੌਰ ਤੇ ਧੂੜ ਕਿੱਦਾਂ ਦੀ ਉੜਦੀ ਹੈ ਜੀ ਅੱਜ ਚਲੋ ਮੀਂਹ ਪੈ ਗਿਆ ਪੰਜਾਬ ਦੇ ਵਿੱਚ ਧੂੜ ਉਹ ਬੈਠ ਗਈ ਪਰ ਇੱਕ ਗੱਲ ਉੱਥੇ ਸਿੱਧੀ ਪੱਧਰੀ ਜਿਹੀ ਹੈ ਅੱਜ ਜਦੋਂ 12 ਦਿਨ ਦਾ ਸਮਾਂ ਰਹਿ ਗਿਆ ਲੁਧਿਆਣਾ ਨਗਰ ਨਿਗਮ ਦੇ 95 ਵਾਰਡਾਂ ਦੇ ਲਈ ਵੋਟਾਂ ਪੈਣ ਦੇ ਵਿੱਚ ਕਿ ਜਿੱਤਣਾ ਅਕਾਲੀਆਂ ਕਾਂਗਰਸੀਆਂ ਜਾਂ ਬੈਂਸਾਂ ਨੇ ਆ ਪਰ ਲੋਕਾਂ ਨੇ ਉੱਥੇ ਹਾਰ ਹੀ ਜਾਣਾ ਬਿਲਕੁਲ ਓਦਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਜਿਸ ਤਰੀਕੇ ਦੀਆਂ ਗੱਲਾਂ ਪੰਜਾਬ ਦੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਸਾਰੇ ਪੰਜਾਬ ਦੇ ਤਕਰੀਬਨ 2 ਕਰੋੜ ਵੋਟਰਾਂ ਦੇ ਨਾਲ ਕੀਤੀਆਂ ਜਾ ਰਹੀਆਂ ਸੀ ਹਾਲਾਤ ਉੱਥੇ ਨੇ ਕਿ ਲੋਕੀ ਠੱਗੇ ਹੋਏ ਮਹਿਸੂਸ ਕਰਨਗੇ 24 ਤਰੀਕ ਨੂੰ ਕਿਉਂਕਿ ਹੁਣ ਤਾਂ ਹਾਲਾਤ ਹੀ ਵੱਖਰੇ ਨੇ ਨਾ ਲੋਕਾਂ ਨੂੰ ਲੱਗਦਾ ਕਿ ਦੁਨੀਆ ਮੁੱਖੀ ਚ ਸਿਆਸਤਦਾਨ ਸਾਡੇ ਨੇੜੇ ਤੇੜੇ ਨੇ ਹੁਣ ਲੁਧਿਆਣਾ ਸ਼ਹਿਰ ਹੈ ਸ਼ਹਿਰ ਦੇ ਵਿੱਚ ਲੋਕੀ ਥੋੜੇ ਜਿਹਾ ਲੇਟ ਉੱਠਦੇ ਆਮ ਤੌਰ ਤੇ ਪਿੰਡਾਂ ਦੇ ਵਿੱਚ ਛੇਤੀ ਉੱਠ ਪੈਂਦੇ ਸਵੇਰੇ ਹੁਣ 7 ਵਜੇ ਕਈ ਲੋਕਾਂ ਨੇ ਰਜਾਈਆਂ ਛੱਡਣੀਆਂ ਹੁੰਦੀਆਂ ਤੇ ਸਭ ਤੋਂ ਪਹਿਲਾਂ ਇੱਕ ਧਿਰ ਵਾਲੇ ਆ ਜਾਂਦੇ ਮੰਨ ਲਓ ਆਪਾਂ ਕਾਂਗਰਸੀ ਕਹਿ ਦਿੰਦੇ ਉੱਥੇ ਪਹੁੰਚ ਜਾਂਦੇ ਆ ਕਿਸੇ ਨੇ ਮੂੰਹ ਦੇ ਵਿੱਚ ਬਰਸ਼ ਪਾਇਆ ਹੁੰਦਾ ਕਿਸੇ ਬੀਬੀ ਨੇ ਚਾਹ ਲਈ ਪਤੀਲੀ ਜਿਹੜੀ ਹੈ ਉਹ ਗੈਸ ਉੱਤੇ ਰੱਖੀ ਹੁੰਦੀ ਹੈ ਤੇ ਕੁੰਡਾ ਪਹਿਲਾਂ ਖੜਕ ਪੈਂਦਾ ਕਿ ਭਾਈ ਆ ਜਾਓ ਹੁਣ ਅਗਲਾ ਤਾਂ ਦੇਖਦਾ ਹੁੰਦਾ ਕਿ ਭਾਈ ਮੈਂ ਤਿਆਰ ਵੀ ਹੋਣਾ ਕੰਮ ਤੇ ਵੀ ਜਾਣਾ ਤੇ ਅਗਲੇ ਉੱਠਣਗੇ ਨੀ ਕਿ ਵੋਟਾਂ ਦੇਖੋ ਜਦਕਿ ਸਾਨੂੰ ਪਾਇਓ 10 ਸਾਲ ਤੁਸੀਂ ਇਹਨਾਂ ਨੂੰ ਪਰਖ ਲਿਆ ਪਰ ਨਵੇਂ ਵਾਲ ਤਾਂ ਜਾਇਓ ਨਾ ਉਹਦੀ ਪਾਰਟੀ ਤਾਂ ਹੁਣ ਗਈ ਸਮਝੇ ਬੈਂਸਾਂ ਦੀ ਇੱਦਾਂ ਦੀਆਂ ਗੱਲਾਂ ਕਰਕੇ 20-25 ਮਿੰਟ ਲਾ ਕੇ ਉਹ ਮਸਾਂ ਘਰੋਂ ਤੁਰਦੇ ਆ ਤੇ ਬੰਦੇ ਦੌੜ ਦੂੜ ਕੇ ਜਿਹੜਾ ਤਿਆਰ ਹੋ ਕੇ ਆਪੋ ਆਪਣੇ ਕੰਮਾਂ ਘਰਾਂ ਤੇ ਪਹੁੰਚਦੇ ਆ ਸ਼ਾਮ ਨੂੰ ਜਦੋਂ ਲੋਕੀ ਕੰਮਾਂ ਘਰਾਂ ਤੋਂ ਵਾਪਸ ਆਉਂਦੇ ਆ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵਾਲੇ ਪਹਿਲੀ ਵੇਖਦੇ ਹੁੰਦੇ ਕਿ ਅਗਲਾ ਘਰ ਕਦੋਂ ਵੜਦਾ ਆਪਾਂ ਪਹਿਲੀ ਘਰੇ ਚਲੇ ਜਾਣਾ ਉਹਨੇ ਅਜੇ ਜਾ ਕੇ ਕੱਪੜੇ ਲੱਤੇ ਜਿਹੜੇ ਤਬਦੀਲ ਕਰਕੇ ਮਾੜਾ ਮੋਟਾ ਆਪਣਾ ਹੋਰ ਕੰਮ ਕਰਨਾ ਹੁੰਦਾ ਕਿਸੇ ਨੇ ਅਖਬਾਰ ਪੜ੍ਹਨੀ ਹੁੰਦੀ ਹੈ ਕਿਸੇ ਨੇ ਕੋਈ ਨਿੱਕਾ ਮੋਟਾ ਨਿਆਣੇ ਨੂੰ ਪੜ੍ਹਾਉਣਾ ਹੁੰਦਾ ਤੇ ਉਧਰ ਫਿਰ ਆਪਾਂ ਅੱਧਾ ਪੌਣਾ ਘੰਟਾ ਉਹ ਨਹੀਂ ਉੱਠਦੇ ਦੇਖੋ ਜੀ ਐਤਕੀ ਤਾਂ ਆਪਾਂ ਤੁਹਾਡੇ ਨਾਲ ਵਾਅਦੇ ਪਿਛਲੀ ਵਾਰੀ ਬਹੁਤ ਕੀਤੇ ਸੀ ਬਹੁਤੇ ਪੂਰੇ ਕਰ ਦਿੱਤੇ ਜੇ 2-4 ਰਹਿ ਗਿਆ ਤੇ 15 ਸਾਲਾਂ ਦਾ ਮੌਕਾ ਫਿਰ ਦੇ ਦਿਓ ਉਹਨਾਂ ਨੂੰ ਅਜੇ ਹੱਥ ਜੋੜ ਕੇ ਘਰੋਂ ਬਾਹਰ ਕਰਕੇ ਬੰਦਾ ਰਜਾਈਆਂ ਸਿੱਧੀਆਂ ਕਰਦਾ ਹੁੰਦਾ ਕਿ ਭਾਈ ਹੁਣ ਸਾਈਆਂ ਸਵੇਰ ਨੂੰ ਕੰਮ ਫਿਰ ਤੇ ਜਾਣਾ ਮੈਸਤਰਾਂ ਵਾਲੇ ਬੰਦੇ ਆ ਜਾਂਦੇ ਅਸੀਂ ਦੇਖਦੇ ਹਾਂ ਜੀ ਸਵੇਰ ਦੇ ਦੋਨੋਂ ਬੰਦੇ ਤੁਹਾਡੇ ਕੋਲ ਜਾ ਕੇ ਗਏ ਆ ਅਸੀਂ ਤਾਂ ਦੇਖੋ ਤੁਹਾਡੇ ਲਈ ਦਫ਼ਤਰ ਵੀ ਖੁੱਲੇ ਹੋਏ ਨੇ ਤੁਹਾਡੇ ਲਈ ਸਭ ਕੁਝ ਕੀਤਾ ਹੋਇਆ ਲੋਕਾਂ ਦੇ ਬੰਦੇ ਅੱਜ ਕੀ ਵੋਟਾਂ ਸਾਨੂੰ ਪਾ ਦਿਓ ਕਹਿਣ ਦਾ ਭਾਵ ਹੈ ਕਿ ਲੁਧਿਆਣੇ ਦੇ ਲੋਕ ਜਿਨ੍ਹਾਂ ਦੇ ਲਈ ਇੱਕ ਇੱਕ ਦਿਨ ਦੇ ਵਿੱਚ 3 ਵੱਡੀਆਂ ਪਾਰਟੀਆਂ ਦੇ ਬੰਦੇ ਵਿੱਚ ਵਿਚਾਲੇ ਕੋਈ ਨਾ ਕੋਈ ਹਾਥੀ ਵਾਲਾ ਵੀ ਤੇ ਵਿੱਚ ਵਿਚਾਲੇ ਮੇਰੇ ਵਰਗਾ ਉਹ ਵੀ ਜਿਹਨੂੰ ਕਿਸੇ ਪਾਰਟੀ ਨੇ ਟਿਕਟ ਨਹੀਂ ਦਿੱਤੀ ਤੇ ਉਹ ਆਵਾਜ਼ ਹੀ ਖੜ ਨਹੀਂ ਫਿਰਦਾ ਉਹ ਵੀ ਗੇੜਾ ਮਾਰ ਜਾਂਦੇ ਆ ਤੇ ਲੁਧਿਆਣੇ ਦੇ ਬਹੁਤੇ ਵੋਟਰਾਂ ਨੂੰ ਲੱਗਦਾ ਹੈ ਕਿ ਭਾਵੇਂ ਕੋਈ ਸੱਤਾਧਾਰੀ ਹੈ ਭਾਵੇਂ ਕੋਈ ਵਿਰੋਧੀ ਧਿਰ ਵਾਲਾ ਇਸ ਵੇਲੇ ਤਾਂ ਸਾਰੇ ਹੀ ਸਾਡੇ ਨੇੜ ਤੇੜ ਨੇ ਪਰ ਦਿਨ ਤਾਂ ਹੀ 12 ਹੀ ਨੇ ਇਹਦੇ ਤੋਂ ਬਾਅਦ ਤੁਹਾਨੂੰ ਲੱਭਣਾ ਕੋਈ ਨੀ ਪਰਲਾਤਾਮਾ ਹੋਏਗਾ ਜਿਹੜਾ ਲੱਭੋ ਸੁਖਨੈਪ ਜੀ ਉੱਥੇ ਹਾਲਾਤ ਕੀ ਨੇ ਦੇਖੋ ਹਰ ਇੱਕ ਬੰਦਾ ਭਾਵੇਂ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੈ ਵਾਅਦੇ ਕੀ ਕਰੀ ਜਾਂਦਾ ਕਿ ਆਵਾਜਾਈ ਦੀ ਸਮੱਸਿਆ ਤੁਹਾਡੀ ਸਾਨੂੰ ਪਤਾ ਦੂਰ ਕਰ ਦਿਆਂਗੇ ਪ੍ਰਦੂਸ਼ਣ ਵਾਲਾ ਮਸਲਾ ਤਾਂ ਕਹਿੰਦੇ ਸਾਡੇ ਏਜੰਡੇ ਤੇ ਹੈ ਆਹ ਜਿਹੜਾ ਸੀਵਰੇਜ ਵਾਲਾ ਕੰਮ ਇਹ ਤਾਂ ਹੋਇਆ ਸਮਝੋ ਕਦੇ ਬਲੋਕ ਨਹੀਂ ਹੋਊਗਾ ਆ ਗਲੀਆਂ ਨਾਲੀਆਂ ਪਿਛਲਿਆਂ ਨੇ ਪੱਕਿਆਂ ਨੇ ਕਰਾਈਆਂ ਅਸੀਂ ਕਰਾ ਦਿਆਂਗੇ ਸਾਰੇ ਕਹਿੰਦੇ ਆ ਚੰਗੀਆਂ ਗੱਲਾਂ ਨੇ ਕਹਿੰਦੇ ਆ ਪਰ ਕਰਾਉਣੀਆਂ ਕਿਵੇਂ ਆ ਉਹਦੇ ਲਈ ਪੈਸੇ ਢੇਲੇ ਕਿੱਥੋਂ ਆਉਣੇ ਆ ਇਹ ਕੋਈ ਨੀ ਦੱਸਦਾ ਕਿ ਨੀਤੀ ਤੇ ਨੀਯਤ ਕਿਵੇਂ ਕਰਨੀ ਹੈ ਹੁਣ ਭਾਰਤ ਨੂੰ ਮਹਾਂਸ਼ਕਤੀ ਬਣਾਉਣਾ ਕਿਵੇਂ ਬਣਾਉਣਾ ਇਹ ਤਾਂ ਕੋਈ ਨੀ ਦੱਸਦਾ ਪਰ ਸਾਰੇ ਕਹੀ ਜਾਂਦੇ ਬਣਾਉਣਾ ਹੁਣ ਜਿੰਨੀ ਦੇਰ ਲੁਧਿਆਣੇ ਦੇ ਲੋਕਾਂ ਨੂੰ ਸਾਡੀਆਂ ਸਿਆਸੀ ਪਾਰਟੀਆਂ ਦੇ ਲੀਡਰ ਇਹ ਨੀ ਨਾ ਦੱਸਦੇ ਕਿ ਜਿਹੜੀਆਂ ਭਾਈ ਤੁਸੀਂ ਸੜਕਾਂ ਬਣਾਉਣੀਆਂ ਉਹਦੇ ਤੇ 1 ਕਰੋੜ ਰੁਪਇਆ ਲੱਗਣਾ ਬਜਟ ਤਾਂ ਇੰਨਾ ਕੁੱਲ ਨੀ ਜਿੰਨੇ ਬਜਟ ਦੇ ਤੁਸੀਂ ਵਾਅਦੇ ਕਰ ਦਿੱਤੇ ਤੇ ਉਹ ਬਜਟ ਲਿਆਉਣਾ ਕਿੱਥੋਂ ਆ ਟੈਕਸ ਤੁਸੀਂ ਕਿਹਨੇ ਲਾਉਣਾ ਕੋਈ ਨੀ ਇੰਡਸਟਰੀ ਇੰਨੀ ਛੇਤੀ ਆ ਨਹੀਂ ਸਕਦੀ ਸਰਕਾਰਾਂ ਜਿਹੜੀਆਂ ਅੱਗੇ ਹੱਥ ਖੜੇ ਕਰੀ ਜਾਂਦੀਆਂ ਕਿ ਭਾਈ ਪੈਸੇ ਧੇਲੇ ਸਾਡੇ ਕੋਲ ਹੈ ਨੀ ਤਾਂ ਫਿਰ ਇਹ ਜਿਹੜੇ ਤੁਸੀਂ ਪੰਡਾਂ ਦੇ ਪੰਡ ਬੰਨ ਕੇ ਵਾਅਦੇ ਲੋਕਾਂ ਦੇ ਗੇਟ ਦੇ ਕੋਲੇ ਆ ਕੇ ਰੱਖ ਜਾਂਦੇ ਕਿ ਭਾਈ ਸਾਂਭ ਕੇ ਰੱਖਿਓ 24 ਤਰੀਕ ਤੋਂ ਬਾਅਦ ਚੱਕਾਂਗੇ
ਹੁਣ ਉਹ ਵਾਅਦੇ ਪੂਰੇ ਕਿਵੇਂ ਹੋਣੇ ਆ ਕੋਈ ਸੰਭਾਵਨਾ ਨਹੀਂ, ਕਿਉਂਕਿ ਦੱਸਦਾ ਕੋਈ ਨਹੀਂ ਕਿ ਰਾਹ ਰਸਤਾ ਕਿਹੜਾ। ਮੰਜ਼ਿਲਾਂ ਨੂੰ ਉਂਗਲਾਂ ਜਿਹੜੇ ਸਾਰੇ ਕਰੀ ਜਾਂਦੇ ਕਿ ਭਾਈ ਅਸੀਂ ਤੁਹਾਨੂੰ ਉੱਥੇ ਲੈ ਜਾਣਾ ਉੱਥੇ ਲੈ ਜਾਣਾ, ਕੁੱਲ ਮਿਲਾ ਕੇ ਲੁਧਿਆਣੇ ਦੇ ਲੋਕ 12 ਦਿਨ ਬਾਅਦ ਸਿਆਸੀ ਤੌਰ ਤੇ ਠੱਗੇ ਜਾਣਗੇ, ਇਹ ਗੱਲ ਪੱਕੀ ਹੈ। ਹੁਣ ਦੋਸ਼ ਹੀ ਲਾਈ ਜਾਂਦੇ ਇੱਕ ਦੂਜੇ ਤੇ, ਅਕਾਲੀ ਕਾਂਗਰਸੀਆਂ ਨੂੰ ਪੰਡੀ ਜਾਂਦੇ ਆ, ਕਾਂਗਰਸੀ ਅਕਾਲੀਆਂ ਨੂੰ ਪੰਡੀ ਜਾਂਦੇ ਆ, ਤੇ ਬੈਂਸ ਕਿਸੇ ਦਾ ਪਿੱਛਾ ਛੱਡਦੇ ਹੀ ਨਹੀਂ ਤੇ ਬੈਂਸਾਂ ਨੂੰ ਅਗਲੇ ਦੋਨੇ ਨਹੀਂ ਛੱਡਦੇ। ਪਰ ਕੋਈ ਕਿੰਨਾ ਚੰਗਾ ਕੋਈ ਕਿੰਨਾ ਮਾੜਾ ਲੋਕਾਂ ਨੂੰ ਸਾਰਾ ਹੀ ਪਤਾ, ਤੁਸੀਂ ਬਾਰ ਬਾਰ ਉਹ ਚੀਜ਼ਾਂ ਨਾ ਕਹੋ, ਪਰ ਕੋਈ ਵੀ ਸਿਆਸੀ ਪਾਰਟੀ ਜਾਂ ਸਿਆਸਤਦਾਨ ਉਧਰਲੇ ਪਾਸੇ ਨਹੀਂ ਵਿਖ ਰਿਹਾ। ਮੈਂ ਇਸ ਭਰਾਵਾਂ ਨੇ ਇੱਕ ਮੰਗ ਕੀਤੀ ਸੀ ਕਿ ਇੱਕ ਤਾਂ ਫੌਜ ਦੀ ਨਿਗਰਾਨੀ ਹੇਠ ਚੋਣਾਂ ਕਰਾਓ, ਦੂਸਰੇ ਅਬਜ਼ਰਵਰ ਜਿਹੜੇ ਆ ਪੰਜਾਬ ਸੂਬੇ ਤੋਂ ਬਾਹਰ ਲੈ ਲਾਓ। ਖਦਸ਼ਾ ਉਹਨਾਂ ਨੇ ਚੋਣ ਕਮਿਸ਼ਨ ਦੇ ਕੋਲ ਵੀ ਤੇ ਹਾਈਕੋਰਟ ਦੇ ਕੋਲ ਵੀ ਜਾ ਕੇ ਇਹ ਪ੍ਰਗਟ ਕੀਤਾ ਸੀ ਕਿ ਸੱਤਾਧਾਰੀ ਧਿਰ ਹੈ ਕਾਂਗਰਸ, ਉਹਨਾਂ ਨੇ ਕਰਨਾ ਧੱਕਾ ਜਿਵੇਂ ਬਾਕੀ ਸ਼ਹਿਰਾਂ ਦੀਆਂ ਚੋਣਾਂ ਦੇ ਵਿੱਚ ਕੀਤਾ। ਅਸੀਂ ਕਹਿੰਦੇ ਹੁਣ ਨਹੀਂ ਜਾਣਾ, ਤੇ ਜੇ ਤੁਸੀਂ ਚਾਹੁੰਦੇ ਹੋ ਕਿ ਸੰਭਾਵੀ ਲੜਾਈ ਜਿਹੜੀ ਹੈ ਉਹਨੂੰ ਖਤਮ ਕਰਨਾ, ਤਾਂ ਤੁਸੀਂ ਫਿਰ ਭਾਰਤੀ ਫੌਜ ਦੀ ਨਿਗਰਾਨੀ ਦੇ ਹੇਠ ਤੇ ਬਾਹਰਲੇ ਅਬਜ਼ਰਵਰ ਜਿਹੜੇ ਨੇ ਉਹਨਾਂ ਦੀ ਨਜ਼ਰ ਦੇ ਹੇਠ ਇਹ ਵੋਟਾਂ ਪਵਾਓ। ਪਰ ਅੱਜ ਚੋਣ ਕਮਿਸ਼ਨਰ ਨੇ 9 ਨਿਗਰਾਨ ਨਿਯੁਕਤ ਕਰਤੇ ਆ ਜਿਹੜੇ ਕਿ ਪੰਜਾਬ ਦੇ ਨੇ, ਇਸ ਕਰਕੇ ਬੈਂਸ ਭਰਾਵਾਂ ਨੂੰ ਅਦਾਲਤ ਦੇ ਵਿੱਚੋਂ ਵੀ ਖਾਲੀ ਹੱਥ ਮੁੜਨਾ ਪਿਆ ਸੀ, ਤੇ ਇੱਧਰ ਚੋਣ ਕਮਿਸ਼ਨ ਨੇ ਵੀ ਉਸੇ ਤਰੀਕੇ ਦਾ ਕੰਮ ਕੀਤਾ ਜਿਸ ਤਰੀਕੇ ਦਾ ਬੈਂਸ ਭਰਾ ਨਹੀਂ ਸੀ ਚਾਹੁੰਦੇ। ਇਹਦੇ ਨਾਲ ਨਾਲ ਅੱਜ ਭਾਰਤੀ ਜਨਤਾ ਪਾਰਟੀ ਨੇ ਆਪਣੇ ਹਿੱਸੇ ਦੀਆਂ ਰਹਿੰਦੀਆਂ 14 ਸੀਟਾਂ ਤੋਂ ਉਮੀਦਵਾਰਾਂ ਦੀ ਸੂਚੀ ਜਾਰੀ ਕਰਤੀ ਹੈ, 9 ਟਿਕਟਾਂ ਬੀਬੀਆਂ ਨੂੰ ਦਿੱਤੀਆਂ। ਇਹਦੇ ਤੋਂ ਇਲਾਵਾ ਲੋਕ ਇਨਸਾਫ਼ ਪਾਰਟੀ ਨੇ ਆਪਣੇ ਹਿੱਸੇ ਦੇ 55 ਉਮੀਦਵਾਰਾਂ ਦੀ ਲਿਸਟ ਜਾਰੀ ਕਰਤੀ ਹੈ, ਅਕਾਲੀ ਦਲ ਆਪਣੇ ਹਿੱਸੇ ਦੇ ਸਾਰੇ ਉਮੀਦਵਾਰਾਂ ਦੀ ਸੂਚੀ ਪਹਿਲਾਂ ਜਾਰੀ ਕਰ ਚੁੱਕਿਆ। ਇਸ ਕਰਕੇ ਹਰ ਇੱਕ ਬੰਦੇ ਨੂੰ ਪਤਾ ਲੱਗ ਗਿਆ ਕਿ ਕਿਹੜੀ ਪਾਰਟੀ ਵੱਲੋਂ ਕਿਹੜੇ ਵਾਰਡ ਤੋਂ ਕਿਹੜਾ ਬੰਦਾ ਜਿਹੜਾ ਉਹ ਚੋਣ ਲੜਨ ਜਾ ਰਿਹਾ ਤੇ ਮੁਕਾਬਲਾ ਕਿਹੋ ਜਿਹਾ ਹੋਣਾ। ਕਈ ਥਾਵਾਂ ਦੇ ਉੱਤੇ ਸੁਖਨੈਬ ਦੀ 6 ਕੋਲਾ ਮੁਕਾਬਲਾ ਵੀ ਹੋਣਾ ਹੈ, ਅਕਾਲੀ ਭਾਜਪਾ ਦਾ ਅੱਡ ਕੈਂਡੀਡੇਟ, ਲੋਕ ਇਨਸਾਫ਼ ਵਾਲਿਆਂ ਦਾ ਅੱਡ ਕੈਂਡੀਡੇਟ, ਕਾਂਗਰਸ ਦਾ ਅੱਡ, ਵਿਚ ਵਿਚਾਲੇ ਕਿਤੇ ਨਾ ਕਿਤੇ ਆਪਣਾ ਪੰਜਾਬ ਪਾਰਟੀ ਵਾਲੇ ਵੀ ਆਪਣਾ ਵਾਜਾ ਵਜਾਈ ਜਾਂਦੇ ਆ, ਤੇ ਬਹੁਜਨ ਸਮਾਜ ਪਾਰਟੀ ਵਾਲੇ 10 ਕੁ ਸੀਟਾਂ ਦੇ ਉੱਤੇ ਮੁਕਾਬਲਾ ਜ਼ਰੂਰ ਦੇਣਗੇ, ਖਾਤਾ ਖੁੱਲੇ ਦਾ ਖੁੱਲੇ ਇੱਕ ਵੱਖਰੀ ਗੱਲ ਹੈ। ਪਰ ਇਹਦੇ ਤੋਂ ਇਲਾਵਾ 20 ਤੋਂ ਲੈ ਕੇ 26 ਵਾਰਡ 95 ਦੇ ਵਿੱਚੋਂ ਐਸੇ ਨੇ ਲੁਧਿਆਣੇ ਦੇ ਵਿੱਚ ਜਿਹਨਾਂ ਵਾਰਡਾਂ ਦੇ ਉੱਤੇ ਰਵਾਇਤੀ ਪਾਰਟੀਆਂ ਤੋਂ ਟਿਕਟ ਨਾ ਮਿਲਣ ਕਰਕੇ ਗੁੱਸੇ ਹੋਏ ਜਿਹੜੇ ਲੀਡਰ ਨੇ ਆਜ਼ਾਦ ਉਮੀਦਵਾਰਾਂ ਦੇ ਰੂਪ ਦੇ ਵਿੱਚ ਚੋਣ ਲੜ ਰਹੇ ਆ। ਕੁੱਲ ਮਿਲਾ ਕੇ ਅਜੇ ਤੱਕ ਜਿਹੜੀ ਉੱਥੇ ਪ੍ਰਚਾਰ ਦੀ ਸਥਿਤੀ ਹੈ, ਉੱਥੇ ਜਿਹੜੀ ਹਵਾ ਵਾਲੀ ਸਥਿਤੀ ਹੈ, ਕਾਂਗਰਸ ਪਾਰਟੀ ਅੱਗੇ ਜਾਪ ਰਹੀ ਹੈ ਤੇ ਲੋਕ ਇਨਸਾਫ਼ ਪਾਰਟੀ ਵਾਲੇ ਬੈਂਸ ਭਰਾ ਆਮ ਆਦਮੀ ਪਾਰਟੀ ਦੇ ਨਾਲ ਤੁਰ ਕੇ ਕਾਂਗਰਸ ਪਾਰਟੀ ਨੂੰ ਟੱਕਰ ਦਿੰਦੇ ਤਾਂ ਨਜ਼ਰ ਆ ਰਹੇ ਹੈ, ਪਰ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵਾਲੇ ਕਿੱਥੇ ਖੜਨਗੇ ਇਹਦਾ ਹਿਸਾਬ ਕਿਤਾਬ ਅਜੇ ਲੱਗ ਨਹੀਂ ਸਕਿਆ, ਕਿਉਂਕਿ ਇੱਕ ਤਾਂ ਉਹਨਾਂ ਦਾ ਆਪਸ ਦੇ ਵਿੱਚ ਵੀ ਰੌਲਾ ਤੇ ਦੂਸਰਾ ਲੋਕਾਂ ਦੇ ਵਿੱਚ ਜਾ ਕੇ ਸਰਗਰਮੀ ਵੀ ਓਨੀ ਨਹੀਂ ਜਿੰਨੀ ਕਿ ਮੁੱਖ ਧਾਰਾ ਦੇ ਵਿੱਚ ਆਉਣ ਦੇ ਲਈ ਉਹਨਾਂ ਦੇ ਲਈ ਜ਼ਰੂਰੀ ਮੰਨੀ ਜਾ ਰਹੀ ਹੈ। ਜੀ, ਇੱਕ ਹੋਰ ਮੁਟਿਆਰ ਵਿਆਹ ਦੀ ਗੋਲੀ ਦਾ ਸ਼ਿਕਾਰ ਹੋ ਗਈ ਜੀ। ਸੁਖਨੈਬ ਜੀ, ਸਭ ਤੋਂ ਵੱਧ ਪੜ੍ਹਿਆ ਲਿਖਿਆ ਜ਼ਿਲ੍ਹਾ ਮੰਨਿਆ ਜਾਂਦਾ ਹੁਸ਼ਿਆਰਪੁਰ, ਤੇ ਉਸ ਜ਼ਿਲ੍ਹੇ ਦੇ ਵਿੱਚੋਂ ਹੁਸ਼ਿਆਰਪੁਰ ਸ਼ਹਿਰ ਜੀ, ਵੈਸੇ ਵੀ ਜਿਹੜਾ ਉਹ ਬੜਾ ਚੰਗਾ ਇਲਾਕਾ, ਅੰਬੀਆਂ ਵਾਲਾ, ਅੰਬਾਲਾ ਇਲਾਕਾ, ਸ਼ਾਨਦਾਰ ਇਲਾਕਾ, ਜੰਗਲਾਤ ਏਰੀਆ ਸੁੱਖ ਨਾਲ ਸਾਰੇ ਪੰਜਾਬ ਦੇ ਵਿੱਚ ਜਿਹੜੇ 2-3 ਜ਼ਿਲ੍ਹਿਆਂ ਦੇ ਵਿੱਚ ਵੱਧ ਹੈ ਉਹਨਾਂ ਦੇ ਵਿੱਚੋਂ ਆਉਂਦਾ ਠੰਡਾ ਜੀ, ਤੇ ਉਸ ਹੁਸ਼ਿਆਰਪੁਰ ਜ਼ਿਲ੍ਹੇ ਦੇ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਵੀ ਆ ਪਿਛਲੇ ਸਮੇਂ ਦੇ ਵਿੱਚ 11 ਮਹੀਨਿਆਂ 'ਚ 3 ਘਟਨਾਵਾਂ ਘਟ ਗਈਆਂ ਗੋਲੀ ਦੇ ਨਾਲ ਮੌਤ ਦੀਆਂ। ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਆਪਾਂ ਵੀ ਕਹਿੰਦੇ ਹਾਂ, ਪੰਜਾਬ ਦੇ ਬਹੁਤੇ ਲੋਕ ਵੀ ਕਹਿੰਦੇ ਆ ਕਿ ਸਿਆਸਤਦਾਨ ਜਿਹੜੇ ਆ ਪੰਜਾਬ ਦੇ ਉਹ ਬਹੁਤੇ ਸਿਆਣੇ ਨਹੀਂ ਹੈ, ਵੀ ਨਹੀਂ, ਜੇ ਸਿਆਣੇ ਹੁੰਦੇ ਪੰਜਾਬ ਦੇ ਹਾਲਾਤ ਇੰਨੇ ਮਾੜੇ ਨਾ ਹੁੰਦੇ, ਪੰਜਾਬ ਦੇ ਵਿੱਚ ਬੇਰੁਜ਼ਗਾਰਾਂ ਦੀ ਏਡੀ ਵੱਡੀ ਫੌਜ ਨਾ ਹੁੰਦੀ, ਪੰਜਾਬ ਦੇ ਵਿੱਚ ਬੇਰੁਜ਼ਗਾਰਾਂ ਦੇ ਲੱਕ ਦੇ ਉੱਤੇ ਡੰਡੇ ਨਾ ਪੈਂਦੇ ਪੁਲਿਸ ਦੇ, ਬੇਰੁਜ਼ਗਾਰਾਂ ਨੂੰ ਇਸ ਤਰੀਕੇ ਰੈਲੀਆਂ ਨਾ ਕਰਨੀਆਂ ਪੈਂਦੀਆਂ, ਕਿਸਾਨ ਇਸ ਤਰੀਕੇ ਰਾਹ ਰਸਤੇ ਨਾ ਰੁਕਦੇ, ਕਿਸਾਨਾਂ ਦੀਆਂ ਇੰਨੀਆਂ ਖੁਦਕੁਸ਼ੀਆਂ ਹੁੰਦੀਆਂ, ਸਿਆਸਤਦਾਨ ਤਾਂ ਚੱਜ ਤੇ ਨਹੀਂ ਨਿਕਲੇ, ਸਿਆਸਤਦਾਨਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਬਹੁਤ ਵੱਡੀਆਂ ਘਾਟਾਂ, ਜੇ ਲੋਕ ਕਹਿੰਦੇ ਆ ਤਾਂ ਬਿਲਕੁਲ ਠੀਕ ਕਹਿੰਦੇ ਆ, ਸਿਆਸਤਦਾਨ ਕਟਹਿਰੇ ਦੇ ਵਿੱਚ ਖੜੇ ਨੇ ਪੰਜਾਬ ਦੀ ਮੌਜੂਦਾ ਦੁਰਦਸ਼ਾ ਵਾਲੀ ਹਾਲਤ ਦੇ ਕਰਕੇ। ਦੂਸਰੇ ਪਾਸੇ ਨਸ਼ੇ ਬੜੇ ਨੇ, ਕਿੱਡੀ ਵੱਡੀ ਸਮੱਸਿਆ ਦੇਖੋ ਨਸ਼ਿਆਂ ਦੀ, ਭ੍ਰਿਸ਼ਟਾਚਾਰ ਦੀ ਸਮੱਸਿਆ, ਧਰਤੀ ਹੇਠਲਾ ਪਾਣੀ ਹੇਠਾਂ ਨੂੰ ਜਾਈ ਜਾਂਦਾ, ਸਾਡੀਆਂ ਖਾਣ ਪੀਣ ਦੀਆਂ ਵਸਤਾਂ ਜਿਹੜੀਆਂ ਜ਼ਹਿਰੀਲੀਆਂ ਹੋ ਗਈਆਂ, ਇਹ ਬਹੁਤ ਵੱਡੀਆਂ ਸਮੱਸਿਆਵਾਂ ਨੇ ਜਿਹੜੀਆਂ ਨਾ ਤਾਂ ਸੁਖਨੈਬ ਜੀ ਇਕੱਲੇ ਤੁਹਾਡੇ ਵੱਸ ਦੀਆਂ, ਨਾ ਮੇਰੇ ਵੱਸ ਦੀਆਂ, ਨਾ ਪੰਜਾਬ ਦੇ ਕਿਸੇ ਮੱਧਰ ਸਿੰਘ ਦੇ ਵੱਸ ਦੀਆਂ ਤੇ ਨਾ ਟੇਕਚਾਂ ਦੇ ਵੱਸ ਦੀਆਂ, ਇੱਕ ਇੱਕ ਬੰਦੇ ਦੇ ਵੱਸ ਦੀਆਂ ਇਹ ਗੱਲਾਂ ਹੈ ਨਹੀਂ, ਇਹ ਗੱਲਾਂ ਜਿਹੜੀਆਂ ਜਾਂ ਤਾਂ ਰਲ ਮਿਲ ਕੇ ਜਨਤਕ ਲਹਿਰ ਦੇ ਰੂਪ ਦੇ ਵਿੱਚ ਜਿਹੜੀਆਂ ਨਿਬੜਨੀਆਂ, ਤੇ ਜਾਂ ਫਿਰ ਜੇ ਸਰਕਾਰਾਂ ਤੇ ਸਾਡੀ ਲੀਡਰਸ਼ਿਪ ਚੱਜ ਦੀ ਹੋਵੇ ਫਿਰ ਜਾ ਕੇ ਕੰਮ ਨਿਬੜਨਾ। ਪਰ ਹੁਣ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਸਾਡੇ ਹੱਥ ਦੇ ਵਿੱਚ ਨੇ,
असी सैर करनी है कि नहीं करनी, असी एक जगह तो दूजी जगह जाने के लिए साइकिल की वरतों करनी है कि हर जगह के उत्ते असी मोटरसाइकिल किक मार के तुरना, वो साडी अपनी मर्जी है। असी रात नूं देर दे नाल सौना जां सवेर नूं जिहड़ा उह छेती उठना उहदे बारे फैसला असी आप करना। असी चंगा साहित पढ़ना कि माड़ा साहित पढ़ना, असी गुआंढियों दे नाल संबंध चंगे बनाउणे कि माड़े बनाउणे हैं, असी गुरु घरां जां धार्मिक स्थानां दे विच जाके प्रधान बनण दे लई लड़ना फिर उत्थे जाके जीवन जाच सीखनी है, वह साडे उत्ते निर्भर करदा, इह साडे निजी फैसले है। कुछ उहनां नूं असी हल भी कर सकते हैं चंगे तरीके भी माड़े तरीके भी। हुण विआहां दे विच जिहड़ियां गोलियां चलदियां, विआहां दे विच फोके टौ टप्पे दे करके असी सफर बिछाउण दे जिहड़े कारण बनदे हैं, उहदे लई ना तां सानूं कोई पंजाब दा मुख्यमंत्री आके कहिंदा कि भाई जे तुसीं विआह दे विच गोली ना चलाई तां असीं तुहानूं विआह दा सर्टिफिकेट नहीं देना, ना विरोधी धिर दा लीडर कहिंदा, ना अकाली कहिंदा, कोई ना कांग्रेसी कहिंदा, ना आम आदमी पार्टी वाला, ना भाजपा वाला, ना छोटेपुर साहब की पार्टी का कोई लीडर, ना मानसा वाली पार्टी का कोई लीडर जी। वो तो साडियां अपनियां इच्छावां ना, असी गीत संगीत सुनते हैं चाहे किसी भी तरीके साडे आले दुआले वातावरण इदां दा बना दिता, पर नचदिया होया अपनी सुरक्षा के लिए रखे गए हथियार के उत्ते हाथ साडा आप ही जांदा है, घोड़े के उत्ते उंगल भी आप ही जांदी है, ते उहदे उत्ते असी दबाव पा के घोड़ा नपदे भी आप ही हैं। जे असी एक इन्नी कु गल दे उत्ते कंट्रोल नहीं ना कर सकते कि असी विआहां दे विच गोलियां नहीं चलाउणियां, तां फिर असी किवें उम्मीद कर सकते हैं कि भई पंजाब दे लोक किसी बहुत वड्डी समाजिक वित्तीय तौर पर या सियासी तौर के उत्ते तब्दीली जिहड़ी है वह करन दी चाहवान ने, है ही नहीं। हुण दूसरी गल, आम तौर के उत्ते हुंदा की है, गोलियां चलाउंदे हुंदे मुंडिया वाले, जिहड़ा लाड़ा आउंदा, वैसे मुंडे ते कुड़ी च कोई फर्क नहीं, आपां लिंग आधारित भेदभाव नहीं, कि कुड़ी दे विआह की खुशी नहीं हुंदी, पर जो मजोरिटी घटनावां होईयां 90% घटनावां मुंडे वाले पासे होईयां, लाड़े वाले पासे बरातियां वाले होईयां, भावें वह जिहड़ी है एक ऑर्केस्ट्रा च कम करन वाली कलाकार कुड़ी की मौत होंदी है, भावें लाड़े की मौत होंदी है, लाड़े के बापू की मौत होंदी है, 90% घटनावां मुंडे वाले पासे होंदियां। ते दूसरी गल, 90% घटनावां जिहड़े यंग ने नौजवान ने गर्म खून वाले ने उधरले पासे होंदियां कि भाई इह तां चकमे चकमे गीत सुणदे आ ते बस उदां दे इहनां दे हालात ने, खाधी पीती च कम करी जांदे आ। पर ऐतकी हुशियारपुर दे विच जिहड़ी घटना घटी है, ना तां उह मुंडे वाले पासों घटी है, ना उह किसे नौजवान वालों घटी है, उह सगों विआह वाली कुड़ी दे बापू वालों घटी है। हुण ऐतवार नूं सवेरे विआह सी, शनिवार अद्धी रात नूं 11:30 बजे का समा जाके निकलने तो बाद डीजे चल रहा, ते आम ही पंजाब दे विच रिवाज है, सुखनैब जी कोई नवी गल थोड़ी है, पहले जदों मैरिज पैलेस कल्चर नहीं सी, बरातां पिंडां च आउंदियां सी, अद्धा पिंड कोठियां ते चढ़ के बनेरियां दे नाल खड़ा हुंदा सी आके कि भाई बराती वेख रहे नचदे, ते जदों गिद्धा ते भंगड़ा भी पैंदा सी उदों भी तां बनेरे साडे घरे ही हुंदे सी ना। जे आपां कहीए कि भाई उस हुशियारपुर की कुड़ी जिहड़ी है साक्षी अरोड़ा 21 वर्षां दी MBA करदी, उहने गलत कीता कोठे ते को खड़ी ते गुआंढियां दे घर दे विच भंगड़ा पैंदा, तां उहने कोई कानून नहीं भंग कीता, उहने समाजिक तौर ते नैतिक तौर ते भी कोई माड़ा कम नहीं कीता, उह तां आम ही गल है भाई जे भंगड़ा गिद्धा पैंदा, आंढी गुआंढी खुशियां दे विच तां शरीक ही हुंदे आ, जे असीं कोठे दे उत्ते चढ़ चढ़ के वेखदे आ। हुण लड़की जिहड़ी है अपने दो भैण भरावां दे नाल उह सारा कुछ वेख रही है कि डीजे दे उत्ते भंगड़ा पैंदा नच रहे लोक, ते लड़की दा बापू अपने एक मित्र दे नाल फिर गोलियां उत्तर में चलाउण लग पैंदा, उहनां दे विच्चों एक गोली साक्षी अरोड़ा दे सिर च लगदी है, भैण भरा ने जदों देखिया कि भैण फर्श दे उत्ते डिग पई, खून दा उत्थे जिहड़ा एक तरह दे नाल छप्पड़ लग गया, रौला रप्पा पाउंदे आ, ती उही विआह वाले घर दे जिहड़े लोक ने उहनूं हॉस्पिटल लैके जांदे आ, डॉक्टर कहिंदा कि प्राण पखेरू उड़ चुके आ, ते उह लोक हॉस्पिटल विच्चों फरार हो जांदे आ, परचा दर्ज हो गया, कुड़ी दा बापू इस वेले हवालात दे विच है। हुण बीते कल जदों उस कुड़ी का आनंद कार्ज होया, जदों उहदा विआह होया, ते जिहड़े बापू ने पल्ला फड़ाउणा सी उह बापू तां उस वेले हवालात दे विच बैठा सी, कुड़ी किन्नियां कु खट्टियां मिट्टियां यादां लै के अपने पेके घर तों सहुरे घर नूं रवाना हुई है, सानूं उस गल का माड़ा मोटा अहसास करना चाहीदा। हुण जिहड़ी गुआंढियां दी कुड़ी, देखो 21 साल तक बच्ची नूं पालिया पोसिया, भावनावां जुड़ियां ने टब्बर दीआं उहदे नाल, किन्नियां वड्डियां उम्मीदां हुंदियां, किन्नियां सदरां वालियां होणगियां कि भाई कुड़ी का विआह भी करना है, चा मनार सारे करने हैं, भैणां भरावें भी किन्नी भावुक सांझ हुंदी है, एक मिनट दे विच एक दब्बे हुए घोड़े ने जिहड़ा उह खत्म करके रख दित्ती, हालांकि उहनें जानबुझ के गोली नहीं मारी जी। पर जे तां घटना उह पहली होवे ना कि अज तक पंजाब दे विच कदे विआह वाली जागो च डीजे ते बरात दे विच उपर नूं गोली चलाउण दे नाल किसी की मौत ना हुई होवे, तां असीं मान लिया कि भाई उहदे तों भुलेखा पै गया, पर अजे कल दीआं गल्लां 3 महीने नहीं बीते, हुशियारपुर के इसे तरीके एक समागम के गोली चली है जी।
ਉਹ ਵੀ ਡੀਜੇ ਦੇ ਵਿੱਚ ਹੀ ਚੱਲੀ ਹੈ, ਉੱਥੇ ਵੀ ਇੱਕ ਬੰਦਾ ਮਰਿਆ, ਤੇ ਜਿਹਦੇ ਬਾਵਜੂਦ ਵੀ ਸਾਨੂੰ ਅਕਲਾਂ ਨਹੀਂ ਆਉਣੀਆਂ ਤੇ ਅਕਲਾਂ ਆਉਣਗੀਆਂ ਕਦੋਂ? ਹੁਣ ਇਸ ਵੇਲੇ ਰੌਲਾ ਇਸ ਗੱਲ ਦਾ ਨਹੀਂ ਕਿ ਸਾਡੇ ਸਿਆਸਤਦਾਨ ਕੀ ਕਰਦੇ ਆ, ਕਦੋਂ ਸੁਧਰਨਗੇ, ਰੌਲਾ ਇਸ ਗੱਲ ਦਾ ਕਿ ਅਸੀਂ ਆਪਣੇ ਆਪ ਦੇ ਵਿੱਚ ਸੁਧਾਰ ਕਦੋਂ ਲਿਆਉਣਾ, ਰੌਲਾ ਇਸ ਗੱਲ ਦਾ ਕਿ ਅਸੀਂ ਆਪਣੀ ਮਾਨਸਿਕ ਬਿਮਾਰੀ ਨੂੰ ਜਿਹੜਾ ਉਹ ਦੂਰ ਕਦੋਂ ਕਰਨਾ ਹੈ, ਕਿਉਂਕਿ ਜੇ ਪੰਜਾਬ ਦੇ ਭਾਵੇਂ ਉਹ 10 ਫੀਸਦੀ ਹੀ ਲੋਕ ਕਿਉਂ ਨਾ ਹੋਣ ਇਸ ਗੱਲ ਨੂੰ ਭੁੱਲ ਗਏ ਕਿ ਭਾਈ ਅਸੀਂ ਵਿਆਹਾਂ ਦੀਆਂ ਖੁਸ਼ੀਆਂ ਬਿਨਾਂ ਹਥਿਆਰਾਂ ਤੋਂ ਵੀ ਮਨਾ ਸਕਦੇ ਹਾਂ, ਜੇ ਅਸੀਂ ਇਸ ਗੱਲ ਨੂੰ ਭੁੱਲੀ ਜਾਂਦੇ ਹਾਂ ਕਿ ਭਾਈ ਜੇ ਸਾਡੇ ਹੱਥ ਦੇ ਵਿੱਚ ਹਥਿਆਰ ਨਾ ਹੋਇਆ ਤੇ ਲੋਕਾਂ ਨੇ ਸਾਡੇ ਵੱਲ ਵੇਖਣਾ ਨਹੀਂ, ਇਹਦਾ ਮਤਲਬ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਹੋਰ ਵੀ ਜ਼ਿਆਦਾ ਮਾੜੀਆਂ ਘਟਨਾਵਾਂ ਦਾ ਸਾਹਮਣਾ ਕਰਨ ਦੇ ਲਈ ਮਾਨਸਿਕ ਤੌਰ ਦੇ ਉੱਤੇ ਤਿਆਰੀ ਰੱਖਣੀ ਚਾਹੀਦੀ ਹੈ। ਪਰ ਹੁਸ਼ਿਆਰਪੁਰ ਦੀ ਇਸ ਘਟਨਾ ਨੇ ਲੋਕਾਂ ਨੂੰ ਦੁਖੀ ਬਹੁਤ ਕੀਤਾ ਤੇ ਇਸ ਦੁੱਖ ਦੇ ਵਿੱਚੋਂ ਕੋਈ ਸੁਧਾਰ ਹੀ ਨਿਕਲੇ ਤਾਂ ਹੀ ਗੱਲ ਬਣਦੀ ਹੈ, ਨਹੀਂ ਤਾਂ ਪਰਨਾਲਾ ਉੱਥੇ ਦਾ ਉੱਥੇ ਹੀ ਹੈ, ਅਸੀਂ ਵੀ ਰੌਲਾ ਪਾ ਲੈਣਾ ਤੇ ਸੁਣਨਾ ਸੁਣ ਕੇ ਫਿਰ ਜਾਣਾ। ਜੀ ਖਬਰਾਂ ਸਾਡੇ ਕੋਲ ਕੁਛ ਹੋਰ ਨੇ ਜੀ। ਕਸੂਤੀ ਫਸ ਗਈ ਹਰਿਆਣਾ ਦੀ ਭਾਜਪਾ ਸਰਕਾਰ, ਡੇਰਾ ਪ੍ਰੇਮੀ ਮੁੜ ਸਰਗਰਮ ਹੋ ਗਏ ਨੇ ਤੇ ਸੁਪਰੀਮ ਕੋਰਟ ਨੂੰ ਦੱਸੀ ਚੋਣ ਕਮਿਸ਼ਨ ਨੇ ਆਪਣੀ ਰਾਏ, ਕੈਪਟਨ ਦਾ ਬਿਆਨ ਤੇ ਉੱਤੇ ਛਿੜੀ ਚਰਚਾ। ਪਰ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਬਟ ਸਾਹਿਬ ਆਪਾਂ ਜੀ। ਵਟਸਐਪ ਇੱਕ ਜਿਹੜੀ ਹੋਰ ਖਬਰ ਹੈ ਇਸ ਤੇ ਵੀ ਆਪਾਂ ਥੋੜਾ ਧਿਆਨ ਦੇਈਏ ਤੇ ਖਬਰ ਇਹ ਹੈ ਕਿ ਹਰਿਆਣਾ ਦੀ ਸਰਕਾਰ ਕਸੂਤੀ ਫਸ ਗਈ। ਸੁਖਨੇਤ ਜੀ, ਜਦੋਂ ਦੇ ਮਨੋਹਰ ਲਾਲ ਖੱਟਰ ਹਰਿਆਣੇ ਦੇ ਮੁੱਖ ਮੰਤਰੀ ਬਣੇ ਆ, ਕਈ ਤਰ੍ਹਾਂ ਦੀਆਂ ਅਸਫਲਤਾਵਾਂ ਉਹਨਾਂ ਦੇ ਪੱਲੇ ਪਈਆਂ। ਜਾਟ ਰਾਖਵਾਂ ਕਰਨ ਅੰਦੋਲਨ ਦੌਰਾਨ ਵੀ ਡੇਰਾ ਸਿਰਸਾ ਦਾ ਜਿਹੜਾ ਮੁਖੀ ਜਦੋਂ ਬਲਾਤਕਾਰ ਦੇ ਕੇਸ ਚ ਫਸਿਆ ਉਦੋਂ ਵੀ, ਕਈ ਹੋਰ ਛੋਟੀਆਂ ਮੋਟੀਆਂ ਬਲਾਤਕਾਰ ਦੀਆਂ ਘਟਨਾਵਾਂ ਜਿਹੜੀਆਂ ਛੋਟੀਆਂ ਮੋਟੀਆਂ ਇਸ ਕਰਕੇ ਕਿਹਾ ਕਿਉਂਕਿ ਸਰਕਾਰ ਦੇ ਨਾਤੇ ਹੇਠ ਨਹੀਂ ਆਉਂਦੀਆਂ ਕਿ ਤਾਂ ਜੀ ਭਾਈ ਛੋਟੀਆਂ ਛੋਟੀਆਂ ਗੱਲਾਂ ਨੇ, ਬਦਨਾਮ ਹੋ ਗਈ ਹਰਿਆਣੇ ਦੀ ਸਰਕਾਰ। ਇਹਦੇ ਨਾਲ ਨਾਲ ਹੁਣ ਭਾਰਤੀ ਜਨਤਾ ਪਾਰਟੀ ਨੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ, ਧਿਆਨ ਇਸ ਕਰਕੇ ਦੇਣਾ ਸ਼ੁਰੂ ਕਰ ਦਿੱਤਾ ਕੇਂਦਰੀ ਲੀਡਰਸ਼ਿਪ ਨੇ, ਕਿਉਂਕਿ ਉਹਨਾਂ ਨੂੰ ਪਤਾ ਕਿ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਵੀ ਹੋ ਸਕਦੀਆਂ, ਲੋਕ ਸਭਾ ਦੀਆਂ ਚੋਣਾਂ ਸਿਰ ਤੇ ਖੜੀਆਂ, ਪਿਛਲੀ ਵਾਰ ਜਿੰਨਾ ਰਿਕਾਰਡ ਜਿਹੜਾ ਉਹ ਬਣਾ ਕੇ ਰੱਖਣਾ ਚਾਹੁੰਦੇ ਆ। ਅਮਿਤ ਸ਼ਾਹ ਭਾਰਤੀ ਜਨਤਾ ਪਾਰਟੀ ਦੇ ਵੱਡੇ ਲੀਡਰ ਨੇ, ਕੌਮੀ ਪ੍ਰਧਾਨ ਨੇ, ਨਰਿੰਦਰ ਮੋਦੀ ਸਾਹਿਬ ਨੂੰ ਮਾਣ ਉਹਨਾਂ ਤੇ ਬਹੁਤ ਹੈ ਕਿ ਜਿਹੜੇ ਵੀ ਸੂਬੇ ਦੇ ਵਿੱਚ ਜਾ ਕੇ ਅਮਿਤ ਸ਼ਾਹ ਨੇ ਆਪਣੀ ਜਿਹੜੀ ਸਿਆਸੀ ਬਸਾਤ ਵਿਛਾਈ ਹੈ ਉੱਥੋਂ ਜਿੱਤ ਕੇ ਪਰਤੇ ਆ ਇੱਕ ਅੱਧ ਸੂਬੇ ਨੂੰ ਛੱਡ ਕੇ। ਅਮਿਤ ਸ਼ਾਹ ਨੇ ਜੀਂਦ ਦੇ ਵਿੱਚ ਰੈਲੀ ਰੱਖ ਲਈ, ਹਰਿਆਣੇ ਦਾ ਸ਼ਹਿਰ ਹੈ, ਰੈਲੀ ਰੱਖ ਲਈ ਕਿ ਆਪਾਂ ਭਾਈ ਪੋਲੀਟੀਕਲ ਤੌਰ ਦੇ ਉੱਤੇ ਸਿਆਸੀ ਤੌਰ ਤੇ ਬੀਜੇਪੀ ਨੂੰ ਮਜ਼ਬੂਤ ਕਰਨਾ ਤੇ ਇੱਕ ਤਰ੍ਹਾਂ ਦੇ ਨਾਲ ਸ਼ਕਤੀ ਪ੍ਰਦਰਸ਼ਨ ਰੱਖਿਆ। ਚਲੋ ਭਾਰਤ ਦਾ ਕਾਨੂੰਨ ਤੇ ਭਾਰਤ ਦਾ ਸੰਵਿਧਾਨ ਸੁਖਰਾਜ ਜੀ ਹਰ ਇੱਕ ਸਿਆਸੀ ਪਾਰਟੀ ਨੂੰ ਲੀਡਰ ਨੂੰ ਇਸ ਗੱਲ ਦਾ ਹੱਕ ਦਿੰਦਾ ਕਿ ਤੁਸੀਂ ਆਪਣੀ ਸਿਆਸੀ ਵਿਚਾਰਧਾਰਾ ਲੋਕਾਂ ਨੂੰ ਦੱਸਣ ਦੇ ਲਈ ਉਹਨਾਂ ਦੀਆਂ ਰੈਲੀਆਂ ਕਰ ਸਕਦੇ ਹੋ, ਕਾਨਫਰੰਸਾਂ ਕਰ ਸਕਦੇ ਹੋ, ਇਕੱਠ ਕਰ ਸਕਦੇ ਹੋ। ਜੇ ਅਮਿਤ ਸ਼ਾਹ ਹੋਰੀ ਕਰਨ ਲੱਗਿਆ ਤਾਂ ਕੋਈ ਗਲਤ ਨਹੀਂ ਕਰਨ ਲੱਗੇ, ਸਿਆਸੀ ਤੌਰ ਤੇ ਕਾਨੂੰਨੀ ਤੌਰ ਤੇ ਸੰਵਿਧਾਨਿਕ ਤੌਰ ਤੇ ਠੀਕ ਕਰਨ ਲੱਗਿਆ, ਪਰ ਉਹਨਾਂ ਦੇ ਇਸ ਇਕੱਠ ਤੋਂ ਪਹਿਲਾਂ ਜਿਹੜੀ ਇੱਕ ਸਰਗਰਮੀ ਹੋਣੀ ਆ ਉਹ ਬਹੁਤ ਵੱਡੇ ਵਿਵਾਦ ਦਾ ਵਿਸ਼ਾ ਬਣ ਗਈ। ਵਿਵਾਦ ਦਾ ਵਿਸ਼ਾ ਇਸ ਕਰਕੇ ਬਣ ਗਈ, ਅਮਿਤ ਸ਼ਾਹ ਨੇ ਕਿਹਾ ਸੀ ਕਿ ਅਸੀਂ 1,00,000 ਮੋਟਰਸਾਈਕਲ ਸਵਾਰ ਜਿਹੜੇ ਨੇ, 1,00,000 ਮੋਟਰਸਾਈਕਲਾਂ ਤੇ ਜਿਹੜੇ ਲੋਕ ਸਵਾਰ ਹੋਣਗੇ ਉਹਨਾਂ ਦੀ ਰੈਲੀ ਕਰਾਂਗੇ, ਪਹਿਲਾਂ ਇੱਕ ਥਾਂ ਤੋਂ ਦੂਜੇ ਥਾਂ ਉਹਨਾਂ ਲੈ ਕੇ ਜਾਵਾਂਗੇ। 1,00,000 ਮੋਟਰਸਾਈਕਲ ਦਾ ਭਾਵ ਜੇ 1-1 ਮੋਟਰਸਾਈਕਲ ਤੇ 2 ਬੰਦੇ ਵੀ ਦੇਖੇ ਆ, 2,00,000 ਬੰਦਾ ਤੇ ਹੀ ਹੋ ਗਿਆ। ਹੁਣ 1,00,000 ਮੋਟਰਸਾਈਕਲ ਦਾ ਹਿਸਾਬ ਕਿ 1,00,000 ਮੋਟਰਸਾਈਕਲ ਜੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਜਾਏਗਾ ਤਾਂ ਕਿੰਨੇ ਦਾ ਤੇਲ ਖਰਚ ਹੋਏਗਾ, ਕਿੰਨਾ ਉਹਦੇ ਵਿੱਚੋਂ ਧੂੰਆਂ ਨਿਕਲੇਗਾ, ਸਾਰੀਆਂ ਚੀਜ਼ਾਂ ਨੇ। ਇਹ ਜਿਹੜੀ ਅਮਿਤ ਸ਼ਾਹ ਨੇ ਰੈਲੀ ਤੇ ਰੱਖ ਲਈ ਮੋਟਰਸਾਈਕਲ ਰੈਲੀ, ਪਰ ਉਹਨਾਂ ਨੂੰ 3-4 ਤਰ੍ਹਾਂ ਦੇ ਅੜਿੱਕਿਆਂ ਦਾ ਸਾਹਮਣਾ ਕਰਨਾ ਪੈ ਰਿਹਾ। ਪਹਿਲੀ ਗੱਲ, ਜਾਟ ਭਾਈਚਾਰੇ ਦਾ ਵੱਡਾ ਆਗੂ ਹੈ ਯਸ਼ਪਾਲ ਮਲਿਕ, ਉਹਨੇ ਕਹਿਤਾ ਕਿ ਆ ਜਾਓ ਅਮਿਤ ਸ਼ਾਹ ਜੀ, ਤੁਸੀਂ 1,00,000 ਮੋਟਰਸਾਈਕਲ ਲੈ ਕੇ ਆ ਜਾਓ, ਅਸੀਂ 25,000 ਟਰੈਕਟਰ ਟਰਾਲੀਆਂ ਲੈ ਕੇ ਆਵਾਂਗੇ, ਤੁਹਾਡੇ 1 ਮੋਟਰਸਾਈਕਲ ਤੇ ਬੰਦੇ ਬੈਠਣਗੇ 2, ਤੇ ਅਸੀਂ 100 ਬੰਦਾ 1-1 ਟਰੈਕਟਰ ਟਰਾਲੀ ਤੇ ਬਿਠਾ ਕੇ ਲਿਆਉਣਾ, 25,000 ਨੂੰ ਗੁਣਾ ਕਰ ਲਓ ਤੁਸੀਂ 100 ਦੇ ਨਾਲ, 1,00,000 ਨੂੰ ਗੁਣਾ ਕਰ ਲਓ ਤੁਸੀਂ 2 ਦੇ ਨਾਲ, ਤੇ ਫਿਰ ਅਸੀਂ ਤੁਹਾਨੂੰ ਦੱਸਾਂਗੇ ਕਿ ਜੀਂਦ ਦੇ ਵਿੱਚ ਰੈਲੀ ਕਿਵੇਂ ਕਰੀ ਦੀ ਹੈ, ਤੁਸੀਂ ਸਾਡੇ ਨਾਲ ਕੀਤਾ ਧੋਖਾ, ਸਾਡੀਆਂ ਮੰਗਾਂ ਜਿਹੜੀਆਂ ਮੰਨ ਲਈਆਂ ਸੀ ਉਹਨਾਂ ਦੇ ਉੱਤੇ ਕੀਤਾ ਨਹੀਂ ਅਮਲ। ਕੱਲ ਰਾਤੀ 12:30 ਤੱਕ ਮਨੋਹਰ ਲਾਲ ਖੱਟਰ ਆਪ ਹਰਿਆਣੇ ਦੇ ਜਾਟ ਆਗੂਆਂ ਦੇ ਨਾਲ ਗੱਲਬਾਤ ਕਰਦਾ ਰਿਹਾ ਤੇ ਉਹਦੇ ਤੋਂ ਬਾਅਦ ਜਾ ਕੇ ਇਹਨਾਂ ਨੇ ਗੱਲ ਜਿਹੜੀ ਹੈ ਉਹ ਨੇਪਰੇ ਚਾੜੀ ਕਿ ਠੀਕ ਹੈ ਅਸੀਂ ਮੰਗਾਂ ਤੁਹਾਡੀਆਂ ਮੰਨਦੇ ਹਾਂ ਤੇ ਤੁਸੀਂ ਰੈਲੀਆਂ ਕਰੋ। ਉਹ ਕਹਿੰਦੇ ਅਸੀਂ ਰੈਲੀ ਨਹੀਂ ਕਰਦੇ,
ਹਾਲਾਂਕਿ ਇਹ ਗੱਲ ਪੱਕੀ ਹੈ ਕਿ ਨਾ ਇਹਨਾਂ ਤੋਂ ਮੰਗਾਂ ਮੰਨ ਹੋਣੀਆਂ, ਨਾ ਜਾਟਾਂ ਦੇ ਅੱਗੇ ਜਾ ਕੇ ਅੰਦੋਲਨ ਕਰਨ ਨੂੰ ਹਟਣਾ, ਰੌਲਾ ਤਾਂ ਪੈਣਾ। ਪਰ ਦੂਸਰੇ ਪਾਸੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਸਿੱਧੇ ਤੌਰ ਦੇ ਉੱਤੇ ਸਵਾਲ ਖੜੇ ਕਰ ਦਿੱਤੇ। ਉਹ ਕਹਿੰਦੇ ਦੇਖੋ ਤੁਸੀਂ 1 ਲੱਖ ਮੋਟਰਸਾਈਕਲ ਲੈ ਕੇ ਜਾਣਾ, ਤੁਸੀਂ ਜਾ ਸਕਦੇ ਹੋ ਜਾਓ, ਪਰ ਇਹ ਵੀ ਦੱਸੋ ਕਿ ਕਿਸੇ ਵੀ ਸਿਆਸੀ ਰੈਲੀ ਦੇ ਵਿੱਚ 10 ਤੋਂ ਵੱਧ ਵਹੀਕਲ ਇਕੱਠੇ ਨਹੀਂ ਚਲਾਏ ਜਾ ਸਕਦੇ। 11ਵਾਂ ਨਹੀਂ ਹੋ ਸਕਦਾ, 10 ਹੀ ਹੋ ਸਕਦੇ ਆ, ਤੁਸੀਂ 1 ਲੱਖ ਕਿਵੇਂ ਲੈ ਜਾਓਗੇ ਜੀ। ਦੂਸਰੀ ਗੱਲ ਇਹ, ਸੁਖਨੈਰ ਜੀ ਆਪਣੇ ਆਪ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਸੋਚਣਾ ਚਾਹੀਦਾ ਸੀ ਕਿ ਮੰਨ ਲਓ ਇੱਕ ਜਗ੍ਹਾ ਦੇ ਉੱਤੇ ਕਿਤੇ ਟ੍ਰੈਫਿਕ ਜਾਮ ਹੋ ਗਈ, ਇੱਕ ਜਗ੍ਹਾ ਦੇ ਉੱਤੇ ਕੋਈ ਰੇਲਵੇ ਫਾਟਕ ਲੱਗ ਗਿਆ, 1 ਲੱਖ ਦੇ ਵਿੱਚੋਂ 10% ਵੀ ਮੋਟਰਸਾਈਕਲ ਸਵਾਰੇ ਜਾਂਦੇ ਨੇ ਹੁਣੇ, ਜਿਨ੍ਹਾਂ ਨੇ ਉਸ 10 ਮਿੰਟ ਦੇ ਫਾਟਕ ਬੰਦ ਦੇ ਵੇਲੇ ਆਪਣੀ ਜਿਹੜੀ ਹੈ ਉਹ ਬਾਈਕ ਬੰਦ ਕਰ ਲੈਣੀ ਹੈ, ਤੇ ਜੇ 10 ਮਿੰਟ ਵੀ 1 ਲੱਖ ਮੋਟਰਸਾਈਕਲ ਇੱਕ ਜਗ੍ਹਾ ਦੇ ਉੱਤੇ ਖੜੇ ਚੱਲ ਗਏ, ਕਿੰਨਾ ਧੂਆ ਨਿਕਲਣਾ ਤੇ ਵਾਤਾਵਰਣ ਨੂੰ ਕਿੰਨਾ ਨੁਕਸਾਨ ਹੋਣਾ, ਮਨੁੱਖ ਨੂੰ, ਜੀਵ ਜੰਤੂ ਨੂੰ, ਬਨਸਪਤੀ ਨੂੰ, ਇਹ ਆਪਾਂ ਸਾਰੇ ਚੰਗੇ ਤਰੀਕੇ ਜਾਣਦੇ ਹਾਂ। ਪਰ ਭਾਰਤੀ ਜਨਤਾ ਪਾਰਟੀ ਦੇ ਵਿੱਚੋਂ ਕਿਸੇ ਨੇ ਇਧਰਲੇ ਪਾਸੇ ਸੋਚਿਆ ਹੀ ਨਹੀਂ, ਤੇ ਹੁਣ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਾਲੇ ਕਹਿੰਦੇ ਆ ਕਿ ਬਾਕੀ ਗੱਲਾਂ ਬਾਅਦ ਦੀਆਂ, ਪਰ ਕੱਲ ਸਵੇਰੇ ਤੁਸੀਂ ਸਾਨੂੰ ਜਵਾਬ ਦਿਓ, ਕੇਂਦਰ ਸਰਕਾਰ ਵਾਲੇ ਵੀ ਤੇ ਹਰਿਆਣਾ ਸਰਕਾਰ ਵਾਲੇ ਵੀ, ਕਿ ਤੁਸੀਂ 1 ਲੱਖ ਮੋਟਰਸਾਈਕਲ ਇੱਕ ਸ਼ਹਿਰ ਦੇ ਵਿੱਚ ਰੈਲੀ ਕਰਨ ਦੇ ਲਈ ਇਕੱਠੇ ਕਰਨ ਦਾ ਫੈਸਲਾ ਲੈ ਕੇ ਨਹੀਂ ਲਿਆ। ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਸਾਰੇ ਬੰਦਿਆਂ ਨੂੰ ਕਹਿਤਾ, ਆਪਣੇ ਮੰਤਰੀਆਂ ਤੱਕ ਨੂੰ ਕਹਿਤਾ ਕਿ ਤੁਸੀਂ ਕਾਰ 'ਚ ਨਹੀਂ ਆ ਸਕਦੇ, ਮੋਟਰਸਾਈਕਲ ਤੇ ਆਉਣਾ ਪਏਗਾ। ਮੋਟਰਸਾਈਕਲ ਦਾ ਮਤਲਬ ਮੋਟਰਸਾਈਕਲ, ਕੋਈ ਵੀ ਹੋਰ ਵਹੀਕਲ ਨਹੀਂ ਜੀ। ਤੇ ਅਮਿਤ ਸ਼ਾਹ ਹੋਰੀ ਆਪ ਹੈਲੀਪੈਡ ਦੇ ਉੱਤੇ ਉਤਰਨਗੇ ਜਦੋਂ ਹੈਲੀਕਾਪਟਰ ਤੋਂ, ਉੱਥੋਂ ਮੋਟਰਸਾਈਕਲ ਦੇ ਉੱਤੇ ਸਵਾਰ ਉੱਥੇ ਆਉਣਗੇ, ਆ ਜਾਓ। ਪਰ ਉਹਨਾਂ ਦੀ ਸੁਰੱਖਿਆ ਦੇ ਲਈ 150 ਕੰਪਨੀਆਂ ਕੇਂਦਰੀ ਹਥਿਆਰਬੰਦ ਪੁਲਿਸ ਬਲਾਨੀਆਂ ਹਰਿਆਣਾ ਸਰਕਾਰ ਨੇ ਮੰਗ ਲਈਆਂ ਕਿ ਭਾਈ ਸਾਡੇ ਇੱਡੇ ਵੱਡੇ ਲੀਡਰ ਆਉਣੇ ਨੇ, ਉਹਨਾਂ ਨੇ ਮੋਟਰਸਾਈਕਲ ਦੇ ਉੱਤੇ ਆਉਣਾ ਹੈ, ਸੁਰੱਖਿਆ ਤਾਂ ਕਰਨੀ ਪੈਣੀ ਹੈ। 85 ਕੰਪਨੀਆਂ ਸੁਖਨਾ ਹਰਿਆਣੇ ਦੇ ਵਿੱਚ ਪਹੁੰਚ ਵੀ ਗਈਆਂ। ਹਰਿਆਣੇ ਵਾਲਿਆਂ ਨੂੰ ਆਪ ਨਹੀਂ ਪਤਾ ਤਾਂ ਸਾਡੇ ਤੋਂ, ਪੰਜਾਬ ਵਾਲਿਆਂ ਤੋਂ ਸਿੱਖ ਲੈਣ ਕਿ ਜੇ ਤੁਸੀਂ ਪੈਰਾਮਿਲਟਰੀ ਫੋਰਸਿਸ ਦਾ 1 ਵੀ ਜਵਾਨ 1 ਸਕਿੰਟ ਦੇ ਲਈ ਵੀ ਆਪ ਮੰਗ ਕੇ ਲੈਂਦੇ ਹੋ ਤਾਂ ਤੁਹਾਨੂੰ ਉਹਦੇ ਪੈਸੇ ਦੇਣੇ ਪੈਂਦੇ ਆ, ਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹੜਾ ਜੇਬ 'ਚ ਦੇਣੇ ਆ, ਉਹਨਾਂ ਨੇ ਕਿਹੜਾ ਪੈਸੇ ਆਪਣੀ ਤਨਖਾਹ ਦੇ ਵਿੱਚੋਂ ਦੇਣੇ ਆ। ਹਰਿਆਣੇ ਦੇ ਲੋਕਾਂ ਦੇ ਟੈਕਸ, ਇਹ ਗੱਲ ਸਭ ਤੋਂ ਵੱਡੀ ਹੈ, ਨਾ ਉਹਨਾਂ ਨੇ ਪਾਲਣੇ ਆ ਤੇ ਨਾ ਕਈ ਹੋਰ ਜਿਹੜੇ ਹੈਗੇ ਭਾਰਤੀ ਜਨਤਾ ਪਾਰਟੀ ਦੇ, ਉਹਨਾਂ ਨੇ ਪਾਲਣੇ ਆ। ਹੁਣ ਮਨੋਹਰ ਲਾਲ ਖੱਟਰ ਹੋਰਾਂ ਨੇ ਤਾਂ ਪੈਸੇ ਕਈ ਚੱਕ ਕੇ ਦੇ ਦੇਣੇ ਕਿ ਆ ਲਓ 5-7 ਦਿਨ ਤੁਹਾਡੀ ਪੈਰਾਮਿਲਟਰੀ ਫੋਰਸਿਸ ਅਸੀਂ ਰੱਖੇ, ਇੰਨੇ ਪੈਸੇ ਬਣਦੇ ਲਓ। ਘਾਟਾ ਕਿਹਨੂੰ ਪੈਣਾ? ਘਾਟਾ ਹਰਿਆਣੇ ਦੇ ਲੋਕਾਂ ਨੂੰ ਪੈਣਾ। ਦੂਸਰੀ ਗੱਲ, ਹਾਈਕੋਰਟ ਦੇ ਵਿੱਚ ਪਟੀਸ਼ਨ ਦਾਇਰ ਹੋ ਗਈ ਰਾਈਵ ਸੇਫ ਵਾਲਿਆਂ ਨੇ ਕਰਤੀ ਕਿ ਭਾਈ ਦੇਖੋ ਟ੍ਰੈਫਿਕ ਕਿੰਨੀ ਵੱਡੀ ਪੱਧਰ ਦੇ ਉੱਤੇ ਪ੍ਰਭਾਵਿਤ ਹੋਏਗੀ, ਤੇ ਤੁਸੀਂ ਟ੍ਰੈਫਿਕ ਨੂੰ ਇੱਕ ਸਿਆਸੀ ਰੈਲੀ ਦੇ ਕਰਕੇ ਇੱਦਾਂ ਕਿੱਦਾਂ ਨਸ਼ਟ ਕਰ ਸਕਦੇ ਹੋ। ਹੁਣ ਹਾਈਕੋਰਟ ਨੇ ਹਰਿਆਣੇ ਦੀ ਸਰਕਾਰ ਤੋਂ ਪੁੱਛਣਾ ਕਿ ਭਾਈ ਆ ਜਾਓ ਤੁਸੀਂ ਦੱਸੋ ਕਿ ਤੁਸੀਂ 2-3 ਸੜਕਾਂ ਬੰਦ ਕਿਵੇਂ ਕਰ ਸਕਦੇ ਹੋ, ਤੁਹਾਡਾ ਪ੍ਰਪੋਜ਼ਲ ਉੱਥੇ ਪਰਪਜ਼ ਕੀ ਹੈ, ਉਹਦੇ ਨਾਲ ਲੋਕਾਂ ਨੂੰ ਲਾਭ ਕੀ ਹੋਏਗਾ। ਹੁਣ ਪਰਸੋਂ ਨੂੰ ਹਾਈਕੋਰਟ ਦੇ ਵਿੱਚ, ਕੱਲ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਹਰਿਆਣੇ ਤੇ ਕੇਂਦਰ ਦੀਆਂ ਸਰਕਾਰਾਂ ਨੇ ਇਸ ਮੁੱਦੇ ਤੇ ਜਵਾਬ ਦੇਣਾ। ਦੂਸਰੀ ਗੱਲ ਸੁਖਨੈਬ ਜੀ, ਜਿੱਥੇ ਆ ਕੇ ਸਭ ਤੋਂ ਵੱਡੀ ਘੁੰਡੀ ਫਸਦੀ ਹੈ, ਭਾਰਤੀ ਜਨਤਾ ਪਾਰਟੀ ਦੀ ਹਰਿਆਣੇ 'ਚ ਵੀ ਸਰਕਾਰ ਹੈ, ਕੇਂਦਰ 'ਚ ਵੀ ਸਰਕਾਰ ਹੈ। ਕੇਂਦਰ ਦੇ ਵਿੱਚ ਵੀ ਤਕਰੀਬਨ 1 ਲੱਖ ਸਮਾਂ ਹੋ ਗਿਆ, ਥੋੜੇ ਬਹੁਤ ਹੇਰ ਫੇਰ ਦੇ ਨਾਲ ਹਰਿਆਣੇ 'ਚ ਵੀ ਸਮਾਂ 1 ਲੱਖ ਹੋ ਗਿਆ। ਜਿਹੜੇ ਬੰਦਿਆਂ ਨੂੰ ਕੇਂਦਰ ਸਰਕਾਰ ਨੇ ਕੰਮ ਕਰਕੇ ਖੁਸ਼ ਕੀਤਾ, ਜਿਹੜੇ ਹਰਿਆਣੇ ਦੇ ਲੋਕਾਂ ਦੇ ਲਈ ਮਨੋਹਰ ਲਾਲ ਖੱਟਰ ਕਹਿੰਦੇ ਨਹੀਂ ਥੱਕਦੇ ਕਿ ਅਸੀਂ ਬਹੁਤ ਕੰਮ ਕੀਤਾ, ਲੋਕ ਖੁਸ਼ ਨੇ, ਕੀ ਦੱਸਣ ਦੇ ਲਈ ਜੀਂਦ ਦੇ ਵਿੱਚ 1 ਲੱਖ ਬੰਦਾ ਮੋਟਰਸਾਈਕਲ ਤੇ ਇਕੱਠਾ ਕਰਨਾ ਭਾਈ ਜੀ। ਜੇ ਤਾਂ ਤੁਸੀਂ ਕੰਮ ਕੀਤਾ ਫਿਰ ਲੋਕਾਂ ਨੂੰ ਪਤਾ। ਸੁਖਨੈਬ ਜੀ, ਤੁਸੀਂ ਮੇਰੀ ਕੋਈ ਮਦਦ ਕੀਤੀ ਹੈ? ਮੈਨੂੰ ਪਤਾ, ਮੈਨੂੰ ਦੱਸਣ ਦੀ ਲੋੜ ਥੋੜੀ ਹੈ। ਜੇ ਤੁਹਾਨੂੰ ਦੱਸਣੀ ਪਈ ਨਾ ਤੇ ਸੁਖਨੈਬ ਸਿੱਧੂ ਨੇ ਪਰਮਵੀਰ ਬਾਤ ਦੀ ਆ ਮਦਦ ਕੀਤੀ ਹੈ ਤਾਂ ਮਤਲਬ ਹੈ ਕਿ ਤੁਹਾਡੀ ਮਦਦ ਵਿੱਚ ਕਿਸੇ ਕੋ ਕਾਣ ਹੈ ਜੀ, ਜਾਂ ਮੈਂ ਉਸ ਮਦਦ ਨੂੰ ਮਦਦ ਸਮਝਦਾ ਹੀ ਨਹੀਂ। ਹੁਣ ਜੇ ਤਾਂ ਕੇਂਦਰ ਦੀ ਸਰਕਾਰ ਤੇ ਹਰਿਆਣੇ ਦੀ ਸਰਕਾਰ ਇਹ ਸਮਝਦੀਆਂ ਕਿ ਭਾਈ ਸਾਡੇ ਤੋਂ ਚੱਜ ਦਾ ਕੰਮ ਨਹੀਂ ਕੋਈ ਕਰ ਹੋਇਆ ਜਦੋਂ ਦੀ ਅਸੀਂ ਸੱਤਾ ਸਾਂਭੀ ਹੈ, ਫਿਰ ਤੁਸੀਂ ਜੀਂਦ ਵਾਲੀ 1 ਰੈਲੀ ਛੱਡ ਕੇ ਹਰਿਆਣੇ ਦੇ ਭਾਵੇਂ ਹਰ ਇੱਕ ਜ਼ਿਲ੍ਹੇ ਦੇ ਵਿੱਚ 1 ਰੈਲੀ ਕਰ ਦਿਓ, ਕਿਸੇ ਨੂੰ ਕੋਈ ਇਤਰਾਜ਼ ਨਹੀਂ। ਪਰ ਜੇ ਤੁਸੀਂ ਇਹ ਵੀ ਕਹਿਣਾ ਕਿ ਅਸੀਂ ਤੁਹਾਡੇ ਲਈ ਕੰਮ ਬਹੁਤ ਕੀਤਾ ਤੇ ਤੁਹਾਨੂੰ ਦੱਸਣੀ ਵੀ ਪੈਣੀ ਇਕੱਲੀ ਇਕੱਲੀ ਚੀਜ਼ 6-6 ਘੰਟੇ ਭਾਸ਼ਣ ਦੇ ਕੇ ਕਿ ਅਸੀਂ ਤੁਹਾਡੇ ਲਈ ਆਹ ਵੀ ਕੀਤਾ ਉਹ ਵੀ ਕੀਤਾ, ਤੇ ਇਹਦਾ ਮਤਲਬ ਹੈ ਕਿ ਤੁਹਾਡੇ ਕੰਮ ਕਰਨ ਦੇ ਢੰਗ ਦੇ ਵਿੱਚ ਕਿਤੇ ਨਾ ਕਿਤੇ ਕੋਈ ਖੋਟ ਜ਼ਰੂਰ ਹੈ। ਦੂਸਰੀ ਗੱਲ, ਭਾਰਤੀ ਜਨਤਾ ਪਾਰਟੀ ਸਿਆਸੀ ਤੌਰ ਤੇ ਇਹਨਾਂ ਦੀ ਹਰਿਆਣੇ ਤੇ ਕੇਂਦਰ ਦੀ ਸਰਕਾਰ ਕਾਨੂੰਨੀ ਤੌਰ ਤੇ ਪ੍ਰਸ਼ਾਸਨਿਕ ਤੌਰ ਦੇ ਉੱਤੇ ਇਹ ਕਹਿੰਦੀਆਂ ਨਹੀਂ ਥੱਕਦੀਆਂ ਕਿ ਭਾਈ ਅਸੀਂ ਡਿਜੀਟਲ ਇੰਡੀਆ ਬਣਾ ਤਾ, ਭਾਰਤ ਦੇ ਹਰ ਇੱਕ ਬੰਦੇ ਨੂੰ ਅਸੀਂ ਤਕਨੀਕ ਨਾਲ ਜੋੜ ਦਿੱਤਾ, ਆਰਥਿਕ ਤੌਰ ਤੇ ਕਮਜ਼ੋਰ ਤੋਂ ਕਮਜ਼ੋਰ ਬੰਦਾ ਜਿਹੜਾ ਉਹਦੇ ਵੀ ਅੰਗੂਠੇ ਦੇ ਇੰਪ੍ਰੈਸ਼ਨ ਚੱਲਦੇ ਆ, ਫਿਰ ਆਪਾਂ ਦਾ ਸਕੀਮ ਮਿਲਦੀ ਹੈ। ਕਿਸੇ ਨੇ 250, 500, 750 ਰੁਪਇਆ ਪੈਨਸ਼ਨ ਲੈਣੀ ਹੈ ਉਹ ਤਕਨੀਕ ਦੇ ਨਾਲ ਮਿਲਦੀ ਹੈ।
ਭਾਈ ਜੇ ਤਕਨੀਕ ਦੇ ਨਾਲ ਤੁਸੀਂ ਸਾਰਾ ਕੁਝ ਕਰ ਦਿੱਤਾ ਤਾਂ ਤੁਹਾਨੂੰ 1 ਲੱਖ ਬੰਦਾ ਜੀਨ ਦੇ ਵਿੱਚ ਇਕੱਠੇ ਕਰਨ ਦੀ ਕੀ ਲੋੜ ਹੈ? ਅਮਿਤ ਸ਼ਾਹ ਜੀ, ਤੁਸੀਂ ਗੁਜਰਾਤ ਦੇ ਵਿੱਚ ਬੈਠ ਕੇ ਤੁਸੀਂ ਦਿੱਲੀ ਦੇ ਵਿੱਚ ਬੈਠ ਕੇ ਆਉਣ ਜਾਣ ਦਾ ਸਮਾਂ ਕਾਹਨੂੰ ਖਰਾਬ ਕਰਨਾ? ਤੁਸੀਂ ਉੱਥੇ ਬੈਠ ਕੇ ਉਸ ਤਕਨੀਕ ਦੇ ਨਾਲ ਸਾਰੀ ਗੱਲਬਾਤ ਜਿਹੜੀ ਆ ਭਾਰਤ ਦੇ ਲੋਕਾਂ ਕੋਲ ਪਹੁੰਚਾ ਦਿੰਦੇ? ਜੇ ਤੁਸੀਂ ਨੋਟਬੰਦੀ ਕਰ ਸਕਦੇ ਹੋ, ਜੇ ਤੁਸੀਂ GST ਲਾ ਸਕਦੇ ਹੋ, ਜੇ ਤੁਸੀਂ ਡਿਜੀਟਲ ਇੰਡੀਆ ਬਣਾ ਸਕਦੇ ਹੋ, ਜੇ ਤੁਸੀਂ ਭਾਰਤ ਨੂੰ ਸਵੱਛ ਕਰ ਸਕਦੇ ਹੋ, ਜੇ ਤੁਸੀਂ ਮੇਕ ਇਨ ਇੰਡੀਆ ਮੁਹਿੰਮ ਸਫਲ ਕਰ ਸਕਦੇ ਹੋ, ਤੁਹਾਡੇ ਹਿਸਾਬ ਦੇ ਨਾਲ ਜੇ ਸਫਲ ਨੇ, ਤਾਂ ਤੁਸੀਂ ਦਿੱਲੀ ਦੇ ਵਿੱਚ ਬੈਠ ਕੇ ਹਰਿਆਣੇ ਦੇ ਨਾਲ 2-2.5 ਲੋਕਾਂ ਨੂੰ ਆਪਣਾ ਮੈਸੇਜ ਕਨਵੇ ਵੀ ਕਰ ਸਕਦੇ ਸੀ? ਪਰ ਇਹਦਾ ਮਤਲਬ ਹੈ ਕਿ ਦਾਅਵੇ ਕੁਝ ਹੋਰ ਨੇ ਤੇ ਜ਼ਮੀਨੀ ਹਕੀਕਤਾਂ ਕੁਝ ਹੋਰ। ਆਖਰੀ ਗੱਲ ਜੀ ਸੁਖਨੈਬ ਜੀ, ਭਾਰਤ ਦੁਨੀਆਂ ਦੇ ਵਿੱਚ ਮਹਾਂਸ਼ਕਤੀ ਬਣਾਉਣਾ ਮੈਂ ਨਹੀਂ ਕਹਿੰਦਾ, ਇਹ ਮੋਦੀ ਸਾਹਿਬ ਵੀ ਕਹਿੰਦੇ ਨੇ, ਅਮਿਤ ਸ਼ਾਹ ਹੋਰੀ ਵੀ ਕਹਿੰਦੇ ਨੇ, ਤੇ ਬੀਜੇਪੀ ਦੇ ਹੋਰ ਨੁਮਾਇੰਦੇ ਵੀ ਕਹਿੰਦੇ ਆ। ਕਾਹਦੇ ਸਿਰ ਦੇ ਉੱਤੇ ਬਣਾਉਣਾ ਹੈ? ਕਿਉਂਕਿ ਭਾਰਤ ਦੇ ਕੋਲ ਦੁਨੀਆਂ ਭਰ ਦੇ ਹਰ ਇੱਕ ਮੁਲਕ ਤੋਂ ਵੱਧ ਨੌਜਵਾਨ ਹੈਗੇ ਨੇ, ਇਸ ਗੱਲ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ। ਪਰ ਠੀਕ ਹੈ, ਤੁਸੀਂ 2 ਲੱਖ ਮੁੰਡਿਆਂ ਕੁੰਡਿਆਂ ਨੂੰ 1 ਦਿਨ ਦੇ ਲਈ ਜੀਂਦ ਦੇ ਵਿੱਚ ਸੱਦ ਲਿਓ, ਭਰਤ ਨੂੰ ਕਰਨਾਟਕ ਚ ਇਲੈਕਸ਼ਨ ਆ ਜਾਣੀ ਹੈ, ਫਿਰ ਉੱਥੇ ਸੱਦ ਲਿਓ ਭਾਰਤ ਦੇ 2 ਲੱਖ ਮੁੰਡੇ ਨੂੰ। ਇਹਦੇ ਤੋਂ ਬਾਅਦ ਫਿਰ ਮੱਧ ਪ੍ਰਦੇਸ਼ ਵਾਲੇ ਤਿਆਰ ਬੈਠੇ ਆ, ਉੱਥੇ ਸੱਦ ਲਿਓ, ਫਿਰ ਰਾਜਸਥਾਨ ਦੇ ਵਿੱਚ ਇਲੈਕਸ਼ਨ ਸਿਰ ਤੇ ਖੜੀ ਹੈ, ਝਾਰਖੰਡ ਵਾਲੀ ਖੜੀ ਹੈ, ਉੱਥੇ ਸੱਦ ਲਿਓ, ਉਹਦੇ ਤੋਂ ਬਾਅਦ ਕਈ ਹੋਰ ਸੂਬਿਆਂ ਦੇ ਵਿੱਚ ਇਲੈਕਸ਼ਨ ਦੀ ਤਿਆਰੀ ਹੈ, ਉੱਥੇ ਸੱਦ ਲਿਓ, ਫਿਰ ਲੋਕ ਸਭਾ ਦੀ ਚੋਣ ਸਾਰੇ ਦੇਸ਼ ਦੇ ਵਿੱਚ ਆ ਜਾਣੀ, ਉੱਥੇ ਸੱਦ ਲਿਓ। ਅਸੀਂ ਨਾ ਤਾਂ ਉਹਨਾਂ ਨੂੰ ਕੰਮ ਕਰਨ ਦੇਣਾ, ਨਾ ਉਹਨਾਂ ਨੂੰ ਪੜ੍ਹਨ ਲਿਖਣ ਦੇਣਾ, ਉਹਨਾਂ ਨੂੰ ਚਿੱਟੇ ਕੁੜਤੇ ਪਜਾਮੇ ਪਵਾ ਕੇ ਤੇ ਇਸ ਤਰੀਕੇ ਰੈਲੀਆਂ ਦੇ ਵਿੱਚ ਲਿਜਾਣਾ। ਭਾਰਤ ਮਹਾਂਸ਼ਕਤੀ ਸੁਖਨੈਬ ਜੀ ਮਨਿਆ ਹੀ ਪਿਆ, ਅੱਜ ਰਾਤ ਨੂੰ ਆਪਣੇ ਪੈ ਗਈ ਆ, ਤੁਸੀਂ ਸੌ ਜਾਣਾ, ਸਵੇਰੇ ਜਦੋਂ ਉੱਠੋਗੇ ਤਾਂ ਭਾਰਤ ਮਹਾਂਸ਼ਕਤੀ ਹੋਣੀ ਹੈ। ਜਦੋਂ ਤੱਕ ਸਾਡੇ ਲੀਡਰ ਸਾਡੀ ਨੌਜਵਾਨ ਸ਼ਕਤੀ ਦਾ ਸਮਾਂ, ਪੈਸਾ, ਮਾਨਸਿਕ ਤੌਰ ਤੇ ਉੱਤੇ ਜਿਹੜੀ ਉਹਨਾਂ ਦੀ ਤਾਕਤ ਹੈ ਉਹਨੂੰ ਇਧਰਲੇ ਪਾਸੇ ਵਰਤਣਗੇ, ਭਾਰਤ ਮਹਾਂਸ਼ਕਤੀ ਤਾਂ ਕੀ ਹੈ, ਜਿਹੜੀ ਮਾੜੀ ਮੋਟੀ ਨਹੁੰ ਤੇ ਪੁੱਣ ਜੋਗੀ ਸ਼ਕਤੀ ਇਸ ਵੇਲੇ ਹੈਗੀ ਹੈ, ਉਹੀ ਬਣਿਆ ਰਹੇ, ਵੱਡੀ ਗੱਲ ਹੈ ਜੀ। ਤੇ ਅਗਲੀ ਗੱਲ ਕਰੀਏ ਜੀ, ਵਟਸਐਪ ਮੁੜ ਸਰਗਰਮ ਹੋਇਆ ਜੀ, ਕਹਿੰਦੇ ਡੇਰਾ ਸਰਸਾ ਦੇ ਪ੍ਰੇਮੀ। ਸੁਖਨੈਬ ਜੀ, ਇੱਕ ਪਾਸੇ ਤਾਂ ਗੁਰਮੀਤ ਰਾਮ ਰਹੀਮ ਨੂੰ CBI ਨੇ ਟੰਗਿਆ ਹੋਇਆ, ਦਸੀਂ ਕੁ ਦਿਨੀ ਅਦਾਲਤ ਤੋਂ ਸਹਿਮਤੀ ਲੈ ਕੇ ਚਲੇ ਜਾਂਦੇ ਆ, 2-2.5 ਘੰਟੇ ਸਵਾਲ ਪੁੱਛਦੇ ਰਹਿੰਦੇ, ਅਗਲਾ ਦੱਸਦਾ ਜਾਂ ਨਹੀਂ ਦੱਸਦਾ ਪਰ ਬੈਠਣਾ ਤਾਂ ਪੈਂਦਾ ਨਾ ਮੋਰੇ ਜੀ। ਦੂਸਰੇ ਪਾਸੇ ਆਦਿਤਯ ਅਹਿੰਸਾ ਤੇ ਵਿਪਾਸਨਾ ਅਹਿੰਸਾ ਅਜੇ ਤੱਕ ਪੁਲਿਸ ਤੇ ਕਾਬੂ ਨਹੀਂ, ਪੰਜਾਬ ਦੇ ਵੀ ਕਈ ਬੰਦੇ ਭਗੌੜੇ ਨੇ ਜਿਹਨਾਂ ਨੂੰ ਪੁਲਿਸ ਲੱਭਦੀ ਫਿਰਦੀ ਹੈ, ਪਰ ਇਹਦੇ ਬਾਵਜੂਦ ਵੀ ਅਚਾਨਕ ਪੰਜਾਬ ਦੇ ਜਿਹੜੇ ਨਾਮ ਚਰਚਾ ਘਰ ਨੇ ਡੇਰਾ ਸਿਰਸਾ ਦੇ ਨਾਲ ਸੰਬੰਧਿਤ, ਉਹਨਾਂ ਦੇ ਵਿੱਚ ਸਰਗਰਮੀਆਂ ਤੇਜ਼ ਹੋ ਗਈਆਂ, ਅਚਾਨਕ ਹੀ ਤੇਜ਼ ਹੋ ਗਈਆਂ, ਸਰਕਾਰ ਥੋੜੀ ਜਿਹੀ ਨਰਮ ਲੱਗਦੀ ਹੈ ਇਸ ਵੇਲੇ। ਦੇਖੋ ਸਲਾਬਤਪੁਰਾ ਡੇਰਾ ਜਿਹੜਾ ਉਹ ਡੇਰਾ ਸਿਰਸਾ ਦਾ ਸਭ ਤੋਂ ਵੱਡਾ ਨਾਮ ਚਰਚਾ ਘਰ ਹੈ ਪੰਜਾਬ ਚ, ਉੱਥੇ 1 ਮਹੀਨਾ ਪਹਿਲਾਂ ਤੋਂ 14 ਜਨਵਰੀ ਤੋਂ ਸਰਗਰਮੀਆਂ ਸ਼ੁਰੂ ਹੋ ਗਈਆਂ, ਨਾਮ ਚਰਚਾ ਹੋ ਰਹੀ ਹੈ ਖਾਸ ਤੌਰ ਦੇ ਉੱਤੇ ਹਰ ਐਤਵਾਰ। ਇਹਦੇ ਨਾਲ ਨਾਲ ਡੇਰਾ ਸਿਰਸਾ ਦੇ ਵਿੱਚ ਤਾਂ ਤਕਰੀਬਨ ਰੋਜ਼ਾਨਾ ਇਕੱਠ ਹੋਣ ਲੱਗ ਪਿਆ 2-2.5 ਹਜ਼ਾਰ ਦੇ। ਹੁਣ ਬਠਿੰਡੇ ਵਾਲੀ ਜਿਹੜੀ ਸੜਕ ਹੈ, ਬਠਿੰਡਾ ਮਲੋਟ ਸੜਕ, ਉੱਥੇ ਨਾਮ ਚਰਚਾ ਘਰ ਜਿਹੜਾ ਪੈਂਦਾ ਉੱਥੇ ਵੀ ਜਿਹੜਾ ਨਾਮ ਚਰਚਾ ਸ਼ੁਰੂ ਹੋ ਗਈ। ਉਮੀਦ ਹੈ ਕਿ ਪੰਜਾਬ ਦੇ ਵਿੱਚ ਡੇਰਾ ਸਿਰਸਾ ਦੀਆਂ ਜਿਹੜੀਆਂ 97 ਬ੍ਰਾਂਚਾਂ ਯਾਨੀ ਕਿ ਨਾਮ ਚਰਚਾ ਘਰ ਨੇ, ਉੱਥੇ ਬੜੀ ਛੇਤੀ ਰੌਣਕਾਂ ਲੱਗਣ ਲੱਗ ਪੈਣੀਆਂ, ਜਿੱਥੇ ਜਿੱਥੇ ਨਾਮ ਚਰਚਾ ਹੋਣ ਲੱਗ ਪਈ ਕੰਟੀਨਾਂ ਖੁੱਲਣ ਲੱਗ ਪਈਆਂ। ਸੁਖਨੈਬ ਜੀ, ਕਾਨੂੰਨ ਆਗਿਆ ਦਿੰਦਾ ਭਾਰਤ ਦੇ ਵਿੱਚ ਹਰ ਇੱਕ ਨੂੰ, ਸੰਵਿਧਾਨ ਵੀ, ਕਿ ਜਿਹੜਾ ਮਰਜ਼ੀ ਬੰਦਾ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ, ਆਪਣੇ ਮਤ ਦਾ, ਆਪਣੀ ਵਿਚਾਰਧਾਰਾ ਦਾ ਪ੍ਰਚਾਰ ਪ੍ਰਸਾਰ ਕਰ ਸਕਦਾ, ਬਸ ਉਹ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕਰੇ। ਪਰ ਰੌਲਾ ਇੱਥੇ ਇਸ ਗੱਲ ਦਾ ਕਿ ਜੇ ਤਾਂ ਗੁਰਮੀਤ ਰਾਮ ਰਹੀਮ ਨੂੰ 25 ਅਗਸਤ ਨੂੰ ਇਕੱਲੀ ਸਜ਼ਾ ਹੋਈ ਹੁੰਦੀ, ਦੋਸ਼ੀ ਕਰਾਰ ਦਿੱਤਾ ਹੁੰਦਾ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ, ਪਰ ਉਸ ਘਟਨਾ ਤੋਂ ਬਾਅਦ ਪੰਜਾਬ ਤੇ ਹਰਿਆਣੇ ਚ ਕਿੰਨੀ ਸੜਫੂਕ ਕੀਤੀ ਗਈ ਹੈ, 3 ਕਰੋੜ ਰੁਪਏ ਦਾ ਨੁਕਸਾਨ ਹੋਇਆ, ਹਰਿਆਣੇ ਦੇ ਵਿੱਚ ਕਿੰਨੇ ਲੋਕਾਂ ਦੀਆਂ ਮੌਤਾਂ ਹੋ ਗਈਆਂ, ਬਹੁਤ ਸਾਰੇ ਬੰਦੇ ਅਜੇ ਤੱਕ ਵੀ ਭਗੌੜੇ ਨੇ। ਉਦੋਂ ਕਿੰਨਾ ਕੁਝ ਮਿਲਿਆ ਸੀ ਪੰਜਾਬ ਦੇ ਨਾਮ ਚਰਚਾ ਘਰਾਂ ਦੇ ਵਿੱਚੋਂ ਵੀ, ਕਈ ਤਾਂ ਗੱਡੀਆਂ ਵੀ ਐਸੀਆਂ ਬਣੀਆਂ ਸੀ ਉਹਦੇ ਕਾਗਜ਼ ਪੱਤਰ ਤੱਕ ਨਹੀਂ ਸੀ ਪਤਾ ਲੱਗਦੇ, ਹੋਰ ਵੀ ਕਈ ਕੁਝ ਸੀ ਕਿ ਕਿੱਥੋਂ ਸਮਾਨ ਆਉਂਦਾ ਹੈ, ਜਿਹੜਾ ਦੇਸ਼ ਦੀਆਂ ਕੰਟੀਨਾਂ ਦੇ ਉੱਤੇ ਵਿਕਦਾ ਹੈ ਉਹਦੇ ਲਈ ਟੈਕਸ ਕਿੰਨਾ ਕੁ ਦਿੱਤਾ ਗਿਆ, ਰਜਿਸਟ੍ਰੇਸ਼ਨ ਕਿੰਨੀ ਕਰਾਈ ਗਈ, ਇਹ ਸਾਰੀਆਂ ਚੀਜ਼ਾਂ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਨੇ। ਤੇ ਹੁਣ ਅਚਾਨਕ ਜਦੋਂ ਡੇਰਾ ਸਿਰਸਾ ਦੇ ਨਾਮ ਚਰਚਾ ਘਰਾਂ ਦੇ ਵਿੱਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ, ਤਾਂ ਲੋਕ ਜਿਹੜੇ ਹੈਰਾਨ ਤੇ ਪਰੇਸ਼ਾਨ ਬਹੁਤ ਨੇ ਕਿ 2 ਮਹੀਨੇ ਤਾਂ ਅਜੇ 6 ਨਹੀਂ ਬੀਤੇ, ਤੇ 6 ਮਹੀਨਿਆਂ ਦੇ ਵਿੱਚ ਵਿੱਚ ਜੇ ਇਸ ਤਰੀਕੇ ਦੇ ਨਾਲ ਡੇਰਾ ਪ੍ਰੇਮੀ ਦੁਬਾਰਾ ਜੁੜਨੇ ਸ਼ੁਰੂ ਹੋ ਗਏ, ਕਿਤੇ 2019 ਦੀ ਲੋਕ ਸਭਾ ਚੋਣ ਦੇ ਨਾਲ ਜੋੜ ਕੇ ਤਾਂ ਨਹੀਂ ਇਹਨੂੰ ਵੇਖਣਾ ਚਾਹੀਦਾ? ਹੁਣ ਜੋਰਾ ਸਿੰਘ ਡੇਰਾ ਸਲਾਬਤਪੁਰਾ ਦਾ ਮੁਖੀ ਗ੍ਰਿਫਤਾਰ ਹੋ ਗਿਆ ਸੀ ਹਿੰਸਾ ਤੋਂ ਬਾਅਦ, 2 ਦਸੰਬਰ ਵਿੱਚ ਉਹਦੀ ਵੀ ਜ਼ਮਾਨਤ ਹੋ ਗਈ ਹੈ। ਤੇ ਜਦੋਂ ਪੁੱਛਿਆ ਗਿਆ ਸਲਾਬਤਪੁਰੇ ਵਾਲਿਆਂ ਨੂੰ ਕਿ ਤੁਸੀਂ ਭਾਈ ਪਿਛਲੇ ਦਿਨ 14 ਜਨਵਰੀ ਨੂੰ ਸ਼ਾਹ ਸਤਨਾਮ ਦਾ ਜਨਮ ਦਿਨ ਮਨਾਇਆ, ਕਿਵੇਂ ਮਨਾਇਆ ਪ੍ਰਸ਼ਾਸਨ ਤੋਂ ਪ੍ਰਵਾਨਗੀ ਲਈ, ਉਹ ਕਹਿੰਦੇ ਅਸੀਂ ਤਾਂ SPM ਰਾਮਪੁਰਾ ਨੂੰ ਬੇਨਤੀ ਕੀਤੀ ਸੀ ਲਿਖਤੀ ਕਿ ਸਾਨੂੰ ਆਗਿਆ ਦਿੱਤੀ ਜਾਵੇ ਅਸੀਂ
ਸ਼ਾਹ ਸਤਨਾਮ ਦਾ ਜਨਮ ਦਿਹਾੜਾ ਮਨਾਉਣਾ। ਐਸ ਡੀ ਐਮ ਸਾਹਿਬ ਨੇ ਅੱਗੇ ਪੁਲਿਸ ਪ੍ਰਸ਼ਾਸਨ ਨੂੰ ਲਿਖ ਦਿੱਤਾ ਕਿ ਭਾਈ ਤੁਸੀਂ ਦੱਸੋ ਇੱਥੇ ਜੇ ਉਹ ਜਨਮ ਦਿਹਾੜਾ ਮਨਾਉਂਦੇ ਆ ਕਿਸੇ ਤਰ੍ਹਾਂ ਦੀ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਖਤਰਾ ਤਾਂ ਨੀ ਖੜਾ ਹੋਜੂ। ਉਹ ਕਹਿੰਦੇ ਅੱਜ ਤੱਕ ਤਾਂ ਮੈਨੂੰ ਪੁਲਿਸ ਦੀ ਰਿਪੋਰਟ ਹੀ ਨਹੀਂ ਮਿਲੀ। ਦੇਖੋ ਪ੍ਰਵਾਨਗੀ ਦੇ ਲਈ ਬੇਨਤੀ ਪੱਤਰ ਦਿੱਤਾ, ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ, ਨਾ ਹਾਂ ਤੇ ਨਾ। ਅਗਲਿਆਂ ਨੇ ਚੁੱਪ ਕਰਕੇ ਦੇਖਿਆ ਕਿ ਜੇ ਪ੍ਰਵਾਨਗੀ ਨਹੀਂ ਦਿੱਤੀ ਸਾਨੂੰ ਮਨਾ ਨਹੀਂ ਕੀਤਾ ਜਨਮ ਦਿਹਾੜਾ ਮਨਾ ਲਓ। ਹੁਣ ਤਾਂ ਹਰ ਐਤਵਾਰ ਉੱਥੇ ਕੰਮ ਸ਼ੁਰੂ ਹੋ ਗਿਆ, ਪੰਜਾਬ ਦੇ ਕੋਈ ਹੋਰ ਨਾਮ ਚਰਚਾ ਘਰਾਂ ਦੀ ਸਫਾਈ ਵੀ ਜਿਹੜੀ ਚੱਲ ਰਹੀ ਹੈ। ਸੋ ਕੁੱਲ ਮਿਲਾ ਕੇ ਲੱਗਦਾ ਇਸ ਵੇਲੇ ਇਹ ਹੈ ਕਿ 2019 ਦੀ ਲੋਕ ਸਭਾ ਚੋਣ ਤੋਂ ਪਹਿਲਾਂ ਡੇਰਾ ਪ੍ਰੇਮੀਆਂ ਨੂੰ ਇਕਮੁੱਠ ਹੋ ਕੇ ਆਪਣੇ ਨਾਲ ਜੋੜਨ ਦੇ ਲਈ ਕਈ ਤਰ੍ਹਾਂ ਦਾ ਜਿਹੜਾ ਉਹ ਜੁਗਾੜ ਲਾਇਆ ਜਾ ਰਿਹਾ ਤੇ ਉਹਦੇ ਵਿੱਚ ਸਰਕਾਰਾਂ ਸੱਤਾਧਾਰੀਆਂ ਜਾਂ ਵਿਰੋਧੀ ਧਿਰਾਂ ਦੇ ਵਿੱਚੋਂ ਸਫਲਤਾ ਕਿਹਨੂੰ ਮਿਲਦੀ ਹੈ ਉਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਲੋਕ ਹੈਰਾਨ ਬੜੇ ਨੇ ਕਿਉਂਕਿ ਜਦੋਂ 14 ਜਨਵਰੀ ਨੂੰ ਸ਼ਾਹ ਸਤਨਾਮ ਦਾ ਜਨਮ ਦਿਹਾੜਾ ਜਿਹੜਾ ਹੈ ਸਲਾਬਤਪੁਰਾ ਡੇਰੇ ਦੇ ਵਿੱਚ ਮਨਾਇਆ ਗਿਆ, ਉਸ ਵੇਲੇ ਸੁਖਨੈਬ ਜੀ ਸਭ ਤੋਂ ਵੱਧ ਸਮਾਂ ਗੁਰਮੀਤ ਰਾਮ ਰਹੀਮ ਦੀ ਪੁਰਾਣੀ ਪ੍ਰਚਾਰ ਕਰਦੇ ਦੀ ਇੱਕ ਸੀ ਡੀ ਵਿਖਾਈ ਗਈ। ਉਦੋਂ ਪੁਲਿਸ ਨੇ ਥੋੜਾ ਜਿਹਾ ਇਤਰਾਜ਼ ਕੀਤਾ ਵੀ ਸੀ ਕਿ ਭਾਈ ਇਹਦੀ ਕਾਹਨੂੰ ਦਿਖਾਉਣੀ ਹੈ, ਪਰ ਅਜੇ ਤੱਕ ਵੀ ਬਹੁਤੇ ਡੇਰਾ ਪ੍ਰੇਮੀ ਜਿਹੜੇ ਡੇਰੇ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਉੱਤੇ ਗੁਰਮੀਤ ਰਾਮ ਰਹੀਮ ਦਾ ਜਾਦੂ ਫਿੱਕਾ ਨਹੀਂ ਪਿਆ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਹਾਂ ਕਿ ਕਿੰਨੇ ਕੁ ਲੋਕ ਦੁਬਾਰਾ ਡੇਰੇ ਦਾ ਮੂੰਹ ਕਰਦੇ ਆ ਤੇ ਨਾਮ ਚਰਚਾ ਘਰਾਂ ਦੇ ਵਿੱਚ ਹੋਣ ਵਾਲੀ ਨਾਮ ਚਰਚਾ ਦੇ ਵਿੱਚ ਸ਼ਮੂਲੀਅਤ ਕਿੰਨੀ ਕੁ ਹੁੰਦੀ ਹੈ। ਜੀ ਮਾੜ ਸਾਹਿਬ ਇੱਕ ਹੋਰ ਛੋਟੀ ਜਿਹੀ ਬ੍ਰੇਕ ਲੈ ਗਿਆ ਜੀ ਤੇ ਫਿਰ ਗੱਲ ਅੱਗੇ ਤੋਰਦੇ ਹਾਂ। ਜੀ ਲਓ ਜੀ ਬ੍ਰੇਕ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹੋਏ ਗੱਲ ਹੋਰ ਅੱਗੇ ਨੂੰ ਤੋਰੀਏ ਜੀ। ਚੋਣ ਕਮਿਸ਼ਨ ਨੇ ਸੁਪਰੀਮ ਕੋਰਟ ਨੂੰ ਦੱਸਤੀ ਜੀ ਆਪਣੀ ਸਲਾਹ। ਸੁਖਨੈਪ ਜੀ, ਇਹ ਬਹੁਤ ਮਹੱਤਵਪੂਰਨ ਮਸਲਾ। ਦੇਖੋ ਆਮ ਤੌਰ ਦੇ ਉੱਤੇ ਭਾਰਤ ਦੇ ਵਿੱਚ ਜਾਂ ਭਾਰਤ ਦੇ ਨਾਲ ਪੰਜਾਬ ਦੇ ਨਾਲ ਸੰਬੰਧ ਰੱਖਣ ਵਾਲੇ ਜਿਹੜੇ ਪ੍ਰਵਾਸੀ ਨੇ ਜੀ, ਉਹਨਾਂ ਦੇ ਵਿੱਚ ਇਹ ਗੱਲ ਤੁਰਦੀ ਹੈ ਕਿ ਭਾਰਤ ਦੀ ਸੰਸਦ ਦੇ ਵਿੱਚ ਵੀ ਕਿੰਨੇ ਅਪਰਾਧੀ ਕੇਸਾਂ ਦਾ ਸਾਹਮਣਾ ਕਰ ਰਹੇ ਲੋਕ ਐਮ ਪੀ ਬਣੇ ਹੋਏ ਆ। ਵੱਖ ਵੱਖ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੇ ਵਿੱਚ ਵੀ ਕਈ ਪਾਸੇ ਤਾਂ ਬਹੁਮਤ ਹੀ ਇਹਨਾਂ ਦਾ ਹੁੰਦਾ। ਹਰ ਇੱਕ ਸਿਆਸੀ ਪਾਰਟੀ 'ਚ ਇੱਦਾਂ ਦੇ ਬੰਦੇ ਆ, ਪਾਰਟੀਆਂ ਟਿਕਟਾਂ ਦੇਈ ਜਾਂਦੀਆਂ, ਲੋਕੀ ਵੋਟਾਂ ਪਾਈ ਜਾਂਦੇ ਨੇ, ਮੁੜ ਕੇ ਉਹ ਸੰਸਦ ਦੇ ਵਿੱਚ ਵਿਧਾਨ ਸਭਾਵਾਂ ਚਲੇ ਜਾਂਦੇ ਆ ਤੇ ਜਦੋਂ ਉੱਥੇ ਚਲੇ ਜਾਂਦੇ ਆ ਜਿੱਦਾਂ ਦੇ ਆਪ ਦੇ ਕਾਨੂੰਨ ਵੀ ਤਾਂ ਉੱਦਾਂ ਦੇ ਬਣਾਉਣੇ, ਜਿੱਦਾਂ ਦੇ ਆਪ ਕੰਮ ਕਰਦੇ ਆ ਸੋਧਾਂ ਵੀ ਤਾਂ ਉੱਦਾਂ ਦੀਆਂ ਕਰਨੀਆਂ। ਬਹੁਤ ਵੱਡੀ ਪੱਧਰ ਦੇ ਉੱਤੇ ਚਰਚਾ ਜਨਤਕ ਤੌਰ ਤੇ ਚੱਲਦੀ ਸੀ ਕਿ ਇਹਨਾਂ ਲੋਕਾਂ ਦੇ ਉੱਤੇ ਰੋਕ ਲੱਗਣੀ ਚਾਹੀਦੀ ਹੈ, ਪਰ ਲਾਏ ਕੌਣ? ਸੰਸਦ ਦੇ ਵਿੱਚੋਂ ਮਤਾ ਪਾਸ ਹੋਣਾ ਕਿ ਭਾਈ ਰੋਕ ਲੱਗੇ, ਤੇ ਜਦੋਂ ਸੰਸਦ ਦੇ ਵਿੱਚੋਂ ਪਾਸ ਹੋਣਾ ਸੰਸਦ ਚ ਕੌਣ ਬੈਠੇ ਨੇ? ਇਹ ਬੈਠੇ ਨੇ, ਤਾਂ ਰੋਕ ਨਹੀਂ ਲੱਗ ਸਕਦੀ। ਪਟੀਸ਼ਨ ਪੈ ਗਈ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਤੇ ਰੋਕ ਲਾਓ ਭਾਈ, ਬਹੁਤ ਔਖਾ ਨਹੀਂ ਤਾਂ ਤੰਗ ਕਰਨਗੇ, ਭਾਰਤ ਵੈਸੇ ਹੀ ਬਹੁਤ ਤੰਗ ਇਹਨਾਂ ਤੋਂ। ਸੁਪਰੀਮ ਕੋਰਟ ਦੇ ਵਿੱਚ ਜਦੋਂ ਪਟੀਸ਼ਨ ਆ ਗਈ, ਉਹਨਾਂ ਨੇ ਕੇਂਦਰ ਸਰਕਾਰ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੋਂ ਪੁੱਛ ਲਿਆ ਕਿ ਸਾਡੇ ਕੋਲ ਏਦਾਂ ਦੀ ਇੱਕ ਬੇਨਤੀ ਆਈ ਹੈ ਕਿ ਆ ਜਿਹੜੇ ਗੰਭੀਰ ਅਪਰਾਧਾਂ ਦੇ ਕਥਿਤ ਦੋਸ਼ੀ ਬੰਦੇ ਨੇ ਉਹਨਾਂ ਨੂੰ ਚੋਣ ਲੜਨ ਤੋਂ ਡੱਕੋ, ਰੋਕੋ, ਨਾ ਲੜਨ ਦਿਓ ਚੋਣ, ਤੁਹਾਡੀ ਕੀ ਰਾਏ ਹੈ ਤੁਸੀਂ ਦੱਸੋ? ਕੇਂਦਰ ਸਰਕਾਰ ਨੇ ਅਜੇ ਤੱਕ ਆਪਣਾ ਜਵਾਬ ਨਹੀਂ ਦਿੱਤਾ, ਪਰ ਚੋਣ ਕਮਿਸ਼ਨ ਦੇ ਜਵਾਬ ਦੇ ਵਿੱਚ ਬਹੁਤ ਕੁਝ ਸਪਸ਼ਟ ਹੋ ਜਾਂਦਾ ਕਿ ਅਸਲ ਦੇ ਵਿੱਚ ਕਹਾਣੀ ਖੜੀ ਕਿੱਥੇ ਹੈ। ਹੁਣ ਚੋਣ ਕਮਿਸ਼ਨ ਨੇ ਆਪਣੇ ਵਕੀਲ ਦੇ ਰਾਹੀਂ ਸੁਪਰੀਮ ਕੋਰਟ ਨੂੰ ਇਹ ਬੇਨਤੀ ਕੀਤੀ, ਉਹ ਕਹਿੰਦੇ ਕਿ ਅਸੀਂ ਚਾਹੁੰਦੇ ਹਾਂ ਕਿ ਕੋਈ ਵੀ ਉਹ ਵਿਅਕਤੀ ਇਲੈਕਸ਼ਨ ਪ੍ਰੋਸੈਸ ਦਾ ਹਿੱਸਾ ਨਾ ਬਣ ਸਕੇ, ਚੋਣ ਪ੍ਰਕਿਰਿਆ ਦਾ ਹਿੱਸੇਦਾਰ ਨਾ ਬਣ ਸਕੇ, ਜੇ ਇਸ ਵਿਅਕਤੀ ਦੇ ਉੱਤੇ ਕੋਈ ਐਸਾ ਕੇਸ ਚੱਲਦਾ ਹੋਵੇ ਜਿਹਦੇ ਵਿੱਚ ਉਹਨੂੰ 5 ਸਾਲ ਦੀ ਸਜ਼ਾ ਹੋਣ ਦੀ ਸੰਭਾਵਨਾ ਹੋਵੇ ਕਿ ਉਹ 5 ਸਾਲ ਦੀ ਸਜ਼ਾ ਲੈ ਸਕਦਾ ਹੋਵੇ ਉਹਦੇ ਵਿੱਚ। ਦੂਸਰੀ ਗੱਲ, ਉਹ ਕਹਿੰਦੇ ਕਿ ਕੇਸ ਭਾਵੇਂ ਛੋਟਾ ਹੀ ਹੋਵੇ ਪਰ ਜੇ ਕਿਸੇ ਵਿਅਕਤੀ ਦੇ ਖਿਲਾਫ ਅਦਾਲਤ ਦੇ ਵਿੱਚ ਦੋਸ਼ ਆਇਦ ਹੋ ਚੁੱਕੇ ਆ ਨਾ, ਫਿਰ ਵੀ ਉਹਨੂੰ ਇਲੈਕਸ਼ਨ ਲੜਨ ਦਾ ਮੌਕਾ ਨਹੀਂ ਦੇਣਾ ਚਾਹੀਦਾ। ਤੇ ਇਹ ਵੀ ਕਹਿਤਾ ਕਿ ਜੇ ਸਿਆਸਤ ਨੂੰ ਅਪਰਾਧ ਮੁਕਤ ਕਰਨਾ ਤਾਂ ਸਰਕਾਰ ਨੂੰ ਥੋੜੀ ਜਿਹੀ ਪੇਸ਼ਕਦਮੀ ਕਰਨੀ ਪਏਗੀ, ਪਹਿਲਕਦਮੀ ਕਰਨੀ ਪਏਗੀ। ਹੁਣ ਇਹ ਵੀ ਕਹਿ ਦਿੱਤਾ ਉਹਨਾਂ ਨੇ, ਉਹ ਕਹਿੰਦੇ ਕਿ ਅਸੀਂ ਇਹਦੇ ਤੋਂ ਪਹਿਲਾਂ 3 ਵਾਰੀ ਭਾਰਤ ਦੀਆਂ ਵੱਖ ਵੱਖ ਸਰਕਾਰਾਂ ਨੂੰ ਬੇਨਤੀ ਕੀਤੀ ਤੇ ਉਹ ਵੀ ਲਿਖਤੀ। ਇੱਕ 1998 ਦੇ ਵਿੱਚ 15 ਜੁਲਾਈ ਨੂੰ, ਦੂਸਰਾ ਜੁਲਾਈ 2004 ਚ, ਫਿਰ ਦਸੰਬਰ 2016 ਚ, ਤਿੰਨੋਂ ਵਾਰ ਕਹਿੰਦੇ ਅਸੀਂ ਕੇਂਦਰ ਸਰਕਾਰ ਨੂੰ ਲਿਖਤੀ ਤਜਵੀਜ਼ਾਂ ਭੇਜੀਆਂ ਕਿ ਇਹ ਜਿਹੜੇ ਬੰਦੇ ਕਥਿਤ ਤੌਰ ਦੇ ਉੱਤੇ ਵੱਡੇ ਅਪਰਾਧਾਂ ਦਾ ਸਾਹਮਣਾ ਕਰਦੇ ਆ, ਇਹਨਾਂ ਬੰਦਿਆਂ ਨੂੰ ਚੋਣ ਲੜਨ ਤੋਂ ਰੋਕਣ ਦੇ ਲਈ ਤੁਸੀਂ ਕਾਨੂੰਨ ਦੇ ਵਿੱਚ ਸੁਧਾਰ ਕਰੋ, ਕਾਨੂੰਨ ਦੇ ਵਿੱਚ ਸੋਧ ਕਰੋ ਤਾਂ ਜੋ ਇਦਾਂ ਦੇ ਬੰਦਿਆਂ ਨੂੰ ਸਿਆਸੀ ਪਾਰਟੀਆਂ ਹੋਰ ਤੋਂ ਵੀ ਡੱਕੀਏ, ਇਹਨਾਂ ਨੂੰ ਇਲੈਕਸ਼ਨਾਂ ਲੜਨ ਤੋਂ ਵੀ ਡੱਕੀਏ ਤੇ ਇਹਨਾਂ ਨੂੰ ਕਿਸੇ ਵੀ ਤਰੀਕੇ ਲੋਕ ਪ੍ਰਤੀਨਿਧ ਬਣਨ ਦਾ ਮੌਕਾ ਨਾ ਦਿੱਤਾ ਜਾਵੇ। ਹੁਣ ਚੋਣ ਕਮਿਸ਼ਨ ਨੇ ਵੀ ਕਹਿਤਾ, ਉਹ ਕਹਿੰਦੇ ਕਿ ਦੇਖੋ ਜੀ, ਸਾਡੇ ਕੋਲ ਇਦਾਂ ਦੀ ਕੋਈ ਤਾਕਤ ਨਹੀਂ ਜਿਹਦੇ ਨਾਲ ਕਿ ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਚੋਣ ਲੜਨ ਤੋਂ ਰੋਕ ਸਕੀਏ, ਕਿਉਂਕਿ ਅਸੀਂ ਕਾਨੂੰਨ ਦੇ ਅਧੀਨ ਕੰਮ ਕਰਨਾ,
कानून सानू शक्ति नहीं दिंदा कि जो तक सिर्फ संसद कानून सोझ नहीं की जाती साढ़े हाथ खड़े ने सानू ताकत लैके दो कि असी सियासी पार्टी दे रजिस्टर कर सकीए। जे वह सियासी पार्टी के लीडर इस तरीके के केसों का सामना करते हैं पार्टी डी रजिस्टर कर सकीए। तो सब तो वड्डी गल कि सानू अधिकार होवे कि असी अपराधी मामलों का सामना करने वाले लोगों के नोमीनेशन पेपर जोड़े आद कर सकी है। हूँ सुखनैब जी एक गल तो यह पता लग गई ना कि तीन बारी जी इलैक्शन कमीशन इस पटीशन के फाइल होने तो पहले ही केंद्र सरकार को बेनती कर चुकिया कि भाई तुम यह जड़िया साड़िया सिफारिशा ने गौर करो आप इदा के बंद संसद विधानसभा जाने तो रोकीये। जो केंद्र सरकार ने अज तक नौ से पौन जिनी भी सरगर्मी नहीं विखाई तो यह मतलब है कि चाहते ही नहीं। हुण इलैक्शन कमीशन ने अपना जवाब देता केंद्र सरकार का अजे तक सुप्रीम कोर्ट के जवाब नहीं पहुंचा। हुण जवाब पहुंचाउणगे भी की सुखनैब जी जे तो सुधार महसूस करते हैं कि होना चाहिए जवाब हुण आ जाना सी कि भाई असी तो उड़ीकदे सी कोई इदा का मौका आवे तो आप सियासत को अपराधीकरण तो वांझी करिए। पर जे अजे तक वो मौका नहीं आया उन्होंने अजे तक सुप्रीम कोर्ट में जो अपनी राय नहीं दसी इहदा मतलब है कि राय स्पष्ट नहीं आनी राय गोलमोल आनी है कि गोलमोल राय के नाल परनाला उथे का उथे रह जाना। एक गल होर सुखनैब जी जी बहुत महत्वपूर्ण है वो यह है कि जे तो केंद्र सरकार चंगा स्टैप ले लेंदी है पूरे भारत दिया विधानसभा खाली हो जाएं अगली बार ऐतकी के जेडे एक 33% के करीब संसद मैंबर ने अगली बार चोन नहीं लड़ सकेंगे। इस करके केंद्र सरकार तो इन्हें क्रांतिकारी स्टैप की उम्मीद रखनी नहीं चाहिए। हाँ इना जरूर है कि इलैक्शन कमीशन ने बड़ा साफ से स्पष्ट उत्तर इस मुद्दे से देकर केंद्र सरकार को सीधे तौर पर कटहरे जरूर खड़ा करके रखता जी। और उदों अगली गल व्हाट्सएप कैप्टन के बयान ने फिर चर्चा छेड़ती जी। सुखनैब जी पन्नू साहब इस मुद्दे से चर्चा करके गए हैं कि उस वेले के प्रधानमंत्री जिहड़े बाद विच बनाए गए राजीव गांधी 1984 के सिख कतलेआम के मौके से दिल्ली दे कदों आए पहला आए बाद आए कतलेआम उन्होंने आया तो शुरू होया कि पहला शुरू होया यह अपने आप दे बहुत वड्डी जांच का विषय बन गया। इस करके बन गया क्योंकि टाइटलर होर ने पिछले दिनों एक टीवी चैनल में इंटरव्यू देंदे कहा तो असं बाद उन्होंने स्टिंग चो भी कुछ चीजा सामने आई कि उन्होंने एक कार दे विच बैठ के सफर किया राजीव गांधी कार चला रहे थी ते उन्होंने कुछ एक इलाकों का नाम लिया कि असी कतलेआम के दौरान इन्हों इलाकों के गए टाइटलर का कहना सी। सुखबीर सिंह बादल अकाली दल के प्रधान ने सुखबीर सिंह बादल होर ने दो पोल खोल रैलियां दे विच ते दो प्रेस कॉन्फ्रेंसा दे विच कैप्टन अमरिंदर सिंह की पार्टी के उस वेले के वड्डे लीडर राजीव गांधी नू रज के घेरिया कांग्रसियों नू भी घेरिया कि भी कद तक राजीव गांधी के उत्ते मुकदमा चलना चाहिए हूं तक टाइटलर ने आप मन लिया। उस बाद हुण कैप्टन अमरिंदर सिंह होरां ने बयान देता कैप्टन अमरिंदर सिंह होरी कहिंदे कि पहली गल सानूं स्पष्ट रूप दे विच समझनी चाहिए है कि राजीव गांधी तो उदों दिल्ली कोल भी नहीं सीगे कलकत्ते दे कोल सी कलकत्ते भी 150 किलोमीटर दूर सी चोण प्रचार कर रहे सी उन्होंने दिल्ली पहुंचने तो पहला हिंसक घटनावां शुरू हो चुकिया सी। इस करके वह कहते राजीव गांधी ने इस मामले के इनवॉल्व करना गलत गल है। उन्हें भी कहता कि सुखबीर सिंह बादल पहले भी इदा करते रहे हुण भी इदा करी जाते हैं कि सियासी तौर पर लाहा लई जाते लोगों के जख्मों के उत्ते लूण भुखी जाते हैं। उन्होंने यह भी कह दिता कि आने वाले समय के सुखबीर सिंह बादल नूं इदां दीआं गल्लां करन तों ग्रेज करना चाहिए क्योंकि अकाली जिन्हां दीआं हत्थां दे विच खेड रहे ने वो पंजाब की शांति भंग करना चाहते हैं। चलो उधरों फूलका साहब का बयान आ गया। फूलका साहब ने अज यह बयान दिता है वो कहिंदे कि देखो 4:30 बजे शाम नूं राजीव गांधी जिहड़े ने वो दिल्ली पहुंच चुके सी ते तकरीबन 5:30 बजे उन्होंने आने तों 1.25 घंटा बाद दिल्ली दे विच पहली हिंसक घटना हुई है वह भी उस वेले राष्ट्रपति साहब के नाल। हुण जो कुछ कप्तान साहब कहिंदे ने उहदे विच सच है जो कुछ फूलका साहब कहिंदे ने उहदे विच सच है ते सच किहदे विच है पता जरूर लगना चाहिए। पर कैप्टन अमरिंदर सिंह होरां दे बयान तो बाद सुखनैब जी इस मुद्दे के उत्ते चर्चा जिहड़ी है उस सिखरां दे उत्ते चलनी है। पहला टाइटलर नूं क्लीन चिट वाला बयान दे के जिहड़ा एक पासे नूं आ गया सी कि हुण दूसरे पासे वाला मसला जिहड़ा इधर नूं आ गया देखदे आ कि गल तुरदी किधर नूं है जी। वर्षा मस्तुआणा साहब का विवाद फिर वध्या जी समय समय से वध जांदा है पर मैनू कदे लगता है कि ढींडसा साहब होरे जिहड़े इहदे बहुत वड्डे आगू ने इस मैनेजमेंट के कितने उन्होंने डाउनफॉल वाल जाने का यतन तो नहीं है।
ਹੁਣ ਜੀ ਸਿਆਸਤ ਦੇ ਵਿੱਚ ਕਿਸੇ ਵੀ ਗੱਲ ਤੋਂ ਆਪਾਂ ਇਨਕਾਰ ਤਾਂ ਕਰ ਹੀ ਨਹੀਂ ਸਕਦੇ, ਕਿਉਂਕਿ ਕੁਝ ਵੀ ਹੋ ਸਕਦਾ। ਜਿਸ ਗੱਲ ਦਾ ਅਸੀਂ ਕਦੇ ਅੰਦਾਜ਼ਾ ਵੀ ਨਹੀਂ ਲਾਇਆ ਹੁੰਦਾ, ਉਹ ਵੀ ਗੱਲਾਂ ਜਿਹੜੀਆਂ ਸਿਆਸਤ ਦੇ ਵਿੱਚ ਸੰਭਵ ਹੋ ਜਾਂਦੀਆਂ। ਹੁਣ ਦੇਖੋ ਦੋ ਤਿੰਨ ਚੀਜ਼ਾਂ ਜਿਹੜੀਆਂ ਉਹ ਬੜੀਆਂ ਸਪਸ਼ਟ ਹੋ ਗਈਆਂ। ਪਹਿਲੀ ਗੱਲ ਤਾਂ ਇਹ ਕਿ ਜਿਹੜਾ ਗੁਰਦੁਆਰਾ ਮਸਤੂਵਾਲਾ ਸਾਹਿਬ ਦਾ ਰੌਲਾ, ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫਿਰ ਸਾਬਿਤ ਹੋਈ ਹੈ। ਆਪਾਂ ਪਿਛਲੇ ਤਿੰਨ ਮਹੀਨਿਆਂ ਦੀ ਗੱਲ ਹੀ ਛੱਡ ਦਿੰਦੇ ਹਾਂ। ਕਰਨੈਲ ਸਿੰਘ ਪੰਜੌਲੀ SCPC ਦੇ ਮੈਂਬਰ ਨੇ, ਉਹਨਾਂ ਨੂੰ ਪੁੱਛਿਆ ਪੱਤਰਕਾਰਾਂ ਨੇ ਕਿ ਤੁਹਾਡੀ ਕਮੇਟੀ ਬਣਾਈ ਸੀ, ਚਾਰ ਮੈਂਬਰੀ ਕਮੇਟੀ, ਤੁਸੀਂ ਕੀ ਕਹਿੰਦੇ ਹੋ? ਉਹ ਕਹਿੰਦੇ ਜੀ ਦੇਖੋ, 2009 ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਜਾਰੀ ਹੋਇਆ ਸੀ ਕਿ ਗੁਰਦੁਆਰਾ ਮਸਤੂਆਣਾ ਸਾਹਿਬ ਦੀ ਦਿੱਖ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨਾਲ ਹਰਿਮੰਦਰ ਸਾਹਿਬ ਦੇ ਨਾਲ ਰਲਦੀ ਮਿਲਦੀ ਬਣਾਈ ਗਈ ਹੈ, ਗਲਤ ਹੈ, ਤੇ ਉਹਦੇ ਵਿੱਚ ਆਹ ਸੋਧਾ ਕਰ ਦਿਓ। ਤੇ ਪਰ ਕਹਿੰਦੇ ਅਸੀਂ ਆ ਕਮੇਟੀ ਵਾਲਿਆਂ ਨੇ ਦੇਖਿਆ ਕਿ ਸੋਧਾ ਕੀਤੀਆਂ ਨੇ। ਸੁਖਨੈਬ ਜੀ, ਕਰਨੈਲ ਸਿੰਘ ਪੰਜੌਲੀ ਹੋਰਾਂ ਦਾ SCPC ਦੇ ਇੱਕ ਪ੍ਰਤੀਨਿਧ ਵਜੋਂ ਬਿਆਨ ਕਦੋਂ ਆਇਆ? ਉਦੋਂ ਆਇਆ ਜਦੋਂ ਜਥੇਦਾਰ ਫੱਗੂ ਵਾਲਾ ਹੋ ਰਹੀ ਨੇ ਉਹ ਮਰਨ ਵਰਤ ਤੇ ਬੈਠੇ। SCPC ਨੇ ਕਿਹਾ ਕਿ ਤੁਸੀਂ ਮਰਨ ਵਰਤ ਤੋਂ ਉੱਠ ਜਾਓ, ਅਸੀਂ ਮਹੀਨੇ ਦੇ ਵਿੱਚ ਸਾਰੀ ਜਿਹੜੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਮੁਕੰਮਲ ਰੂਪ ਚ ਪਾਲਣਾ ਕਰਾ ਦਿਆਂਗੇ। ਉੱਠਦਾ ਉਹ ਤੇ ਹੁਣ ਕਮੇਟੀ ਜਿਹੜੀ ਆ, 3 ਹਫ਼ਤੇ ਹੋ ਗਿਆ ਸੀ, 2 ਮੀਟਿੰਗਾਂ ਤੋਂ ਇਲਾਵਾ ਕੁਝ ਕੀਤਾ ਨਹੀਂ ਸੀ। ਫੱਗੂ ਵਾਲਾ ਸਾਹਿਬ ਨੇ ਕਹਿਤਾ ਕਿ ਮੈਂ ਫਿਰ ਬਹਿਣਾ ਪਈ। ਫਿਰ ਕਰਨੈਲ ਸਿੰਘ ਪੰਜੌਲੀ ਨੇ ਬਿਆਨ ਦਿੱਤਾ। ਦੇਖੋ, ਪਹਿਲੀ ਗੱਲ ਇਹ, SCPC ਵਾਲੇ ਆਪ ਪਾਉਂਦੇ ਆ ਕਿ 2009 ਦਾ ਫੈਸਲਾ ਹੋਇਆ ਕਿ ਉਸ ਬਣਨ ਵਾਲੀ ਇਮਾਰਤ ਦੀ ਦਿੱਖ ਬਦਲੀ ਜਾਵੇ। ਇਹ 2009 ਤੋਂ ਬਾਅਦ 2017 ਦੇ ਆਖਰੀ ਮਹੀਨੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿੱਥੇ ਰਹੀ? ਉਹਨਾਂ ਨੇ ਇੱਕ ਵਿਅਕਤੀ ਵਿਸ਼ੇਸ਼ ਦੇ ਮਰਨ ਵਰਤ ਤੇ ਬੈਠਣ ਤੋਂ ਪਹਿਲਾਂ ਆਪਣੀ ਗੱਲ ਜਿਹੜੀ ਹੈ ਮੁਕੰਮਲ ਕਰਵਾਈ ਕਿਉਂ ਨਾ, ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਲਾਗੂ ਕਰਾਇਆ ਕਿਉਂ ਨਾ? ਇਹਦਾ ਮਤਲਬ ਹੈ ਕਿ ਜੇ ਉਹ ਇੱਕ ਬੰਦਾ ਮਰਨ ਵਰਤ ਤੇ ਬੈਠਣ ਦੀ ਧਮਕੀ ਨਾ ਦਿੰਦਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਜੇ ਵੀ ਵੇਖਣ ਨਹੀਂ ਸੀ ਜਾਣਾ ਕਿ ਜਿਹੜੇ ਹੁਕਮ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤੇ ਸੀ ਉਹਨੂੰ ਲਾਗੂ ਕੀਤਾ ਗਿਆ ਕਿ ਨਹੀਂ ਕੀਤਾ ਗਿਆ। ਹੁਣ ਕਰਨੈਲ ਸਿੰਘ ਪੰਜੌਲੀ ਹੋਰੀ ਕਹਿੰਦੇ ਕਿ ਜੀ ਦੇਖੋ, ਸਰੋਵਰ ਉੱਥੇ ਪੂਰਨ ਦਾ ਹੁਕਮ ਦਿੱਤਾ ਗਿਆ ਸੀ, 4 ਗੁੰਬਦਾਂ ਦੀ ਥਾਂ 1 ਗੁੰਬਦ ਬੁਲਾਉਣ ਦਾ ਹੁਕਮ ਦਿੱਤਾ ਗਿਆ ਸੀ, ਕੁਝ ਇੱਕ ਹੋਰ ਜਿਹੜੀ ਅਮੈਂਡਮੈਂਟਸ ਕਰਨ ਦੀ ਗੱਲ ਕੀਤੀ ਸੀ। ਕਹਿੰਦੇ ਅਜੇ ਤੱਕ ਇਸ ਮੁੱਦੇ ਦੇ ਉੱਤੇ ਬਹੁਤੀਆਂ ਕੋਈ ਕਾਰਵਾਈਆਂ ਹੋਈਆਂ ਨਹੀਂ। ਅਸੀਂ 16 ਤਰੀਕ ਦੀ ਜਿਹੜੀ ਅੰਤਰਿਮ ਕਮੇਟੀ ਦੀ SCPC ਦੀ ਮੀਟਿੰਗ ਹੈ ਉਹਦੇ ਵਿੱਚ ਸਾਰੀ ਆਪਣੀ ਰਿਪੋਰਟ ਰੱਖਦੇ ਹਾਂ ਜੀ। ਹੁਣ ਰੌਲਾ ਇਸ ਗੱਲ ਦਾ ਕਿ ਜੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਸੁਹਿਰਦ ਸੀ ਤਾਂ 8-9 ਸਾਲ ਉਹ ਚੁੱਪ ਕਿਉਂ ਰਹੀ? ਦੂਸਰੀ ਗੱਲ, ਜੋ 1 ਮਹੀਨੇ ਦੇ ਵਿੱਚ ਸਾਰਾ ਕੰਮ ਕਰਾ ਨਹੀਂ ਸੀ ਸਕਦੇ ਤਾਂ ਉਹਨਾਂ ਨੂੰ ਉਸ ਵੇਲੇ ਝੂਠਾ ਲਾਰਾ ਲਾਉਣ ਦੀ ਲੋੜ ਕੀ ਸੀ? ਦੂਸਰੀ ਗੱਲ ਜਿਹੜੀ ਤੁਸੀਂ ਕਹੀ ਸਿਆਸੀ ਤੌਰ ਦੇ ਉੱਤੇ, ਸੁਖਨੈਬ ਜੀ, ਬਹੁਤ ਕੁਝ ਪਹਿਲਾਂ ਵੀ ਘੱਟਦਾ ਵਾਪਰਦਾ ਰਿਹਾ ਤੇ ਲੱਗਦਾ ਕਿ ਹੁਣ ਵੀ ਘੱਟ ਵਾਪਰ ਜਾਣਾ। ਪਰ ਜੇ ਇਸ ਵੇਲੇ ਇੱਕ ਪਾਰਟੀ ਵਿਸ਼ੇਸ਼ ਦੇ ਵਿੱਚ, ਉਹ ਪਾਰਟੀ ਜਿਹੜੀ ਕਿ ਲਗਾਤਾਰ ਪਿਛਲੇ 10 ਸਾਲ ਸੱਤਾ ਦੇ ਵਿੱਚ ਰਹੀ ਤੇ ਅੱਜ ਤੀਸਰੇ ਨੰਬਰ ਤੇ ਹੈ, ਉਹਦੇ ਵਿੱਚ ਕਿਸੇ ਲੀਡਰ ਵਿਸ਼ੇਸ਼ ਨੂੰ ਉੱਪਰ ਜਾਂ ਥੱਲੇ ਲਾਉਣ ਦੀਆਂ ਗੱਲਾਂ ਬਾਤਾਂ ਜੇ ਚੱਲੀਆਂ, ਉਸ ਪਾਰਟੀ ਨੂੰ ਸਿਆਸੀ ਤੌਰ ਤੇ ਇਸ ਖਿੱਤੇ ਦੇ ਵਿੱਚ ਨੁਕਸਾਨ ਹੋਰ ਵੀ ਬਹੁਤ ਹੋਣਾ, ਕਿਉਂਕਿ ਭਾਵੇਂ ਕੋਈ ਲੀਡਰ ਛੋਟਾ ਭਾਵੇਂ ਵੱਡਾ, ਸਿਆਸੀ ਤੌਰ ਦੇ ਉੱਤੇ ਅਹਿਮੀਅਤ ਹੁੰਦੀ ਹੈ, ਬੰਦੇ ਵਿਚਾਰ ਨਾਲ ਜੁੜੇ ਹੀ ਹੁੰਦੇ ਆ ਜੀ। ਤੇ ਕਰੀਏ ਜੀ ਉਦੋਂ ਅਗਲੀ ਗੱਲ, ਸੰਜਾਈ ਘੰਟਾਲੇ ਦੇ ਮਾਮਲੇ ਚ ਪਹਿਲਾ ਚਲਾਨ ਪੇਸ਼ ਹੋ ਗਿਆ ਜੀ। ਸੁਖਨੈਬ ਜੀ, ਚੰਗਾ ਹੋਇਆ ਕਿ ਚਲਾਨ ਤਾਂ ਪੇਸ਼ ਕੀਤਾ, ਨਹੀਂ ਤਾਂ ਵਿਜੀਲੈਂਸ ਦੇ ਉੱਤੇ ਕਈ ਤਰ੍ਹਾਂ ਦੀ ਸ਼ੱਕ ਪੈਦਾ ਹੋਣ ਲੱਗ ਪਈ ਸੀ ਪੰਜਾਬ ਦੇ ਕੁਝ ਲੋਕਾਂ ਨੂੰ ਜੀ। 1,000 ਕਰੋੜ ਰੁਪਈਏ ਦੇ ਘੁਟਾਲੇ ਦਾ ਦਾਅਵਾ ਕੀਤਾ ਸੀ ਵਿਜੀਲੈਂਸ ਬਿਊਰੋ ਨੇ ਜਦੋਂ ਇਹਨਾਂ ਨੇ ਗੁਰਿੰਦਰ ਸਿੰਘ ਫੜਿਆ ਜੀ। ਗੁਰਿੰਦਰ ਸਿੰਘ ਉਹੀ ਠੇਕੇਦਾਰ ਸਿੰਚਾਈ ਘੁਟਾਲੇ ਦਾ, ਸਿੰਜਾਈ ਵਿਭਾਗ ਦਾ, ਜਿਹਦੇ ਉੱਤੇ ਦੋਸ਼ ਲੱਗਦਾ ਕਿ ਉਹਨੇ ਬਹੁਤ ਸਾਰੇ ਠੇਕੇ ਲਏ ਆਪਣੇ ਰਸੂਖ ਦੇ ਕਰਕੇ, ਪੈਸੇ ਸਰਕਾਰ ਤੋਂ ਵੱਧ ਲੈਂਦਾ ਰਿਹਾ, ਕੰਮ ਘੱਟ ਕਰਦਾ ਰਿਹਾ ਤੇ 1,000 ਕਰੋੜ ਰੁਪਈਏ ਦੀ ਜਿਹੜੀ ਚੁੰਡੀ ਵੱਢ ਗਿਆ ਪੰਜਾਬ ਦੇ ਲੋਕਾਂ ਨੂੰ, ਸਰਕਾਰ ਨੂੰ। ਇਹ ਵੀ ਫੜ ਲਿਆ, 5 ਬੰਦੇ ਸਿੰਚਾਈ ਵਿਭਾਗ ਦੇ ਅਫਸਰ ਫੜ ਲਏ, ਪਰ ਚਲਾਨ ਨਹੀਂ ਸੀ ਪੇਸ਼ ਕੀਤਾ ਜਾ ਰਿਹਾ। ਲੋਕਾਂ ਦੇ ਵਿੱਚ ਗੱਲ ਇਹ ਚੱਲਣ ਲੱਗ ਪਈ ਸੀ ਕਿ ਭਾਈ ਇਹ ਕਾਨੂੰਨ ਦੇ ਮੁਤਾਬਿਕ ਇੱਕ ਸਮਾਂ ਸੀਮਾ ਤੈਅ ਕੀਤੀ ਜਾਂਦੀ ਹੈ ਕਿ ਜੇ ਤਾਂ ਕਿਸੇ ਵਿਅਕਤੀ ਦੀ ਗ੍ਰਿਫਤਾਰੀ ਤੋਂ ਬਾਅਦ 9 ਦਿਨਾਂ ਦੇ ਵਿੱਚ ਚਲਾਨ ਪੇਸ਼ ਕਰਦੇ ਹੋ, ਠੀਕ ਹੈ, ਨਹੀਂ ਤਾਂ ਉਸ ਬੰਦੇ ਦੀ ਜ਼ਮਾਨਤ ਹੋ ਸਕਦੀ ਹੈ। ਹੁਣ ਲੋਕਾਂ ਨੂੰ ਲੱਗਦਾ ਸੀ ਕਿ ਜ਼ਮਾਨਤ ਕਰਾਉਣ ਦਾ ਉਹਨੂੰ ਮੌਕਾ ਦਿੱਤਾ ਜਾ ਰਿਹਾ, ਪਰ ਹੁਣ 140 ਕਰੋੜ ਰੁਪਏ ਦੇ ਘਪਲੇ ਦਾ ਪਹਿਲਾ ਚਲਾਨ ਜਿਹੜਾ ਵਿਜੀਲੈਂਸ ਨੇ ਪੇਸ਼ ਕਰ ਦਿੱਤਾ, ਇਹਦੇ ਵਿੱਚ ਗੁਰਿੰਦਰ ਸਿੰਘ ਨੂੰ ਮੁੱਖ ਬੰਦਾ ਰੱਖਿਆ। ਹੁਣ 140 ਕਰੋੜ ਦੇ ਚਲਾਨ ਨੂੰ ਪੇਸ਼ ਕੀਤਾ, ਬਾਕੀ 860 ਕਰੋੜ ਰੁਪਈਏ ਦਾ ਮਸਲਾ ਕਿੱਧਰਲੇ ਪਾਸੇ ਗਿਆ ਭਾਈ ਘੁਟਾਲਾ? ਇਹ ਆਪਣੇ ਆਪ ਦੇ ਵਿੱਚ ਇੱਕ ਮਹੱਤਵਪੂਰਨ ਗੱਲ ਹੈ। ਹੁਣ ਰੌਲਾ ਇੱਥੇ ਕਾ ਕੇ ਖੜਾ, ਵਿਜੀਲੈਂਸ ਵਾਲੇ ਕਹਿੰਦੇ ਆ ਕਿ ਸੰਬੰਧਿਤ ਵਿਭਾਗ ਦੇ ਅਧਿਕਾਰੀ ਸਾਨੂੰ ਸਹਿਯੋਗ ਨਹੀਂ ਦਿੰਦੇ, ਇਸ ਕਰਕੇ ਅਸੀਂ ਹਰ ਇੱਕ ਕੇਸ ਦੀ ਪੂਰੀ ਤਰ੍ਹਾਂ ਅਜੇ ਤੱਕ ਪੜਚੋਲ ਨਹੀਂ ਕਰ ਸਕੇ, ਸਾਡੇ ਕੋਲ ਅਜੇ ਪੂਰੀਆਂ ਫਾਈਲਾਂ ਨਹੀਂ ਪਹੁੰਚੀਆਂ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ ਅਸੀਂ 2 ਸਪਲੀਮੈਂਟਰੀ ਚਲਾਨ ਹੋਰ ਪੇਸ਼ ਕਰਾਂਗੇ
ਜਿਹਦੇ ਨਾਲ 1000 ਕਰੋੜ ਰੁਪਈਏ ਦੇ ਘੁਟਾਲੇ ਦਾ ਜਿਹੜਾ ਉਹ ਸੱਜਾ ਖੱਬਾ ਠੀਕ ਹੋਜੂ। ਹੁਣ 3 ਕੇਸ ਨੇ ਜਿਹਨਾਂ ਦੇ ਵਿੱਚ 140 ਕਰੋੜ ਦੇ ਘੁਟਾਲੇ ਦਾ ਚਲਾਨ ਪੇਸ਼ ਕੀਤਾ। ਪਹਿਲਾਂ 100 ਕਰੋੜ ਰੁਪਈਏ ਦੇ ਨਿਰਮਾਣ ਦਾ ਸ਼ਾਹਪੁਰ ਕੰਡੀ ਹਾਈਡਲ ਡੈਮ ਦਾ ਰੌਲਾ, ਦੂਸਰਾ 15 ਕਰੋੜ ਦੇ ਵਿੱਚ ਕੰਡੀ ਨਹਿਰ ਦਾ ਰੌਲਾ, ਤੀਸਰਾ 25 ਕਰੋੜ ਦਾ ਜਿਹੜਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਨਾਰਾ ਪਿੰਡ ਵਾਲੇ ਛੋਟੇ ਜਿਹਾ ਡੈਮ ਦਾ ਰੌਲਾ। ਇਹਦੇ ਤੋਂ ਇਲਾਵਾ ਤਕਰੀਬਨ 42 ਪ੍ਰੋਜੈਕਟ ਹੋਰ ਨੇ ਜਿਹਨਾਂ ਦੇ ਵਿੱਚ ਵਿਜੀਲੈਂਸ ਨੂੰ ਲੱਗਦਾ ਕਿ ਘਪਲਾ ਹੋਇਆ ਤੇ ਕੁੱਲ ਘਪਲਾ 1000 ਕਰੋੜ ਦਾ। ਚਲੋ ਹਾਲ ਦੀ ਘੜੀ ਇੰਨੀ ਕੁ ਗੱਲ ਹੋ ਗਈ ਕਿ ਜਿਹੜਾ ਬੰਦਾ ਗੁਰਿੰਦਰ ਸਿੰਘ 4 ਕਰੋੜ ਦਾ ਸਾਲ ਦਾ ਕਾਰੋਬਾਰ ਕਰਦਾ ਸੀ 2007 ਚ, 2017-14 ਦਾ ਕਾਰੋਬਾਰ ਸਾਲ ਦਾ 300 ਕਰੋੜ ਦਾ ਹੋ ਗਿਆ। ਘੱਟੋ ਘੱਟ ਉਹਦੀ ਜ਼ਮਾਨਤ ਨਹੀਂ ਹੁੰਦੀ, ਰਹਿਣਾ ਉਹਨੂੰ ਹੁਣ ਅੰਦਰ ਹੀ ਪਊਗਾ। ਤੇ ਬਾਕੀ ਵਿਜੀਲੈਂਸ ਸਪਲੀਮੈਂਟਰੀ ਚਲਾਨ ਕਦੋਂ ਪੇਸ਼ ਕਰਦੀ ਹੈ ਉਹਦੇ ਉੱਤੇ ਨਜ਼ਰਾਂ ਜਿਹੜੀਆਂ ਸੁਖਨੈਬ ਜੀ ਟਿਕਾ ਕੇ ਰੱਖਣੀਆਂ ਪੈਣੀਆਂ। ਦੂਸਰੇ ਪਾਸੇ ਨਹਿਰਾਂ ਦੀ ਸਫਾਈ ਦਾ ਰੌਲਾ ਪੈ ਗਿਆ। ਹੁਣ ਵਿਜੀਲੈਂਸ ਨੇ ਜਾਂਚ ਇੱਧਰ ਵੀ ਸ਼ੁਰੂ ਕੀਤੀ ਹੋਈ ਹੈ। ਉਹ ਕਹਿੰਦੇ ਦੇਖੋ ਜੀ, ਨਹਿਰਾਂ ਦੇ ਵਿੱਚ ਪਾਣੀ ਚੱਲਦਾ, ਪਾਣੀ ਕਿਸਾਨਾਂ ਨੇ ਖੇਤਾਂ ਨੂੰ ਲਾਉਣਾ ਤਾਂ ਪੂਰਾ ਪਾਣੀ ਮਿਲਦਾ ਕਿਸਾਨਾਂ ਨੂੰ ਧੁਰ ਤੱਕ, ਜੇ ਨਹਿਰਾਂ ਦੀ ਸਫਾਈ ਜ਼ਰੂਰੀ ਹੋਵੇ। ਹਰ ਸਾਲ ਅਕਾਲੀ ਭਾਜਪਾ ਦੀ ਸਰਕਾਰ ਦੇ ਸਮੇਂ ਕਾਗਜ਼ੇ ਪੱਤਨੀ ਫੰਡ ਦਿੱਤੇ ਜਾਂਦੇ ਰਹੇ ਕਿ ਭਾਈ ਨਹਿਰਾਂ ਦੀ ਸਫਾਈ ਦੇ ਲਈ 1000 ਕਰੋੜ ਰੁਪਈਆ, ਤੇ ਟੈਂਡਰ ਵੀ ਜਾਰੀ ਹੁੰਦੇ ਰਹੇ, ਟੈਂਡਰ ਪਾਸ ਵੀ ਹੁੰਦੇ ਰਹੇ, ਸਭ ਕੁਝ ਹੁੰਦਾ ਰਿਹਾ, ਪੈਸੇ ਵੀ ਜਾਂਦੇ ਰਹੇ। ਪਰ ਹੁਣ ਜਦੋਂ ਸਰਕਾਰ ਬਦਲੀ ਤਾਂ ਰੌਲਾ ਰੱਪਾ ਇਸ ਗੱਲ ਦਾ ਪਿਆ ਸੀ ਕਿ ਨਹਿਰਾਂ ਦੀ ਸਫਾਈ ਦੇ ਲਈ ਪੈਸੇ ਤਾਂ ਦਿੱਤੇ ਜਾਂਦੇ ਰਹੇ, ਪਰ 1 ਸਾਲ ਨੂੰ ਛੱਡ ਕੇ ਕਦੇ ਵੀ ਪੰਜਾਬ ਦੀਆਂ ਨਹਿਰਾਂ ਦੀ ਸਫਾਈ ਹੋਈ ਨਹੀਂ। ਤੇ ਜੇ ਨਹਿਰਾਂ ਦੀ ਸਫਾਈ ਨਹੀਂ ਹੋਈ ਤੇ ਫਿਰ ਰੌਲਾ ਇਸ ਗੱਲ ਦਾ ਪੈਂਦਾ ਕਿ ਨਹਿਰਾਂ ਦੀ ਸਫਾਈ ਦੇ ਨਾਂ ਦੇ ਉੱਤੇ ਪੈਸੇ ਕਿੱਧਰ ਨੂੰ ਜਾਂਦੇ ਰਹੇ। ਹੁਣ ਵਿਜੀਲੈਂਸ ਜਾਂਚ ਕਰ ਰਹੀ ਹੈ ਕਿ ਜਿਹੜੇ ਸਰਕਾਰੀ ਅਧਿਕਾਰੀ ਨੇ ਠੇਕਾ ਦਿੱਤਾ ਉਹ ਕੌਣ ਹੈ, ਜਿਹੜੇ ਸਰਕਾਰੀ ਅਧਿਕਾਰੀ ਨੇ ਠੇਕੇਦਾਰ ਨੂੰ ਕੁਝ ਇਨੀਸ਼ੀਅਲ ਸਟੇਜ ਦੇ ਵਿੱਚ ਪੈਸੇ ਦਿੱਤੇ ਕਿ ਤੁਸੀਂ ਸਾਡੇ ਵੱਲੋਂ ਕੰਮ ਕਰਾਓ, ਉਹ ਅਧਿਕਾਰੀ ਕੌਣ ਹੈ? ਫਿਰ ਠੇਕੇਦਾਰ ਨੇ ਜਦੋਂ ਇਹ ਦੱਸਿਆ ਹੋਏਗਾ ਕਿ ਭਾਈ ਸਾਡਾ ਕੰਮ ਮੁਕੰਮਲ ਹੋ ਗਿਆ, ਉਦੋਂ ਕੋਈ ਨਾ ਕੋਈ ਸਰਕਾਰੀ ਅਧਿਕਾਰੀ ਵੇਖਣ ਗਿਆ ਹੋਏਗਾ ਕਿ ਭਾਈ ਨਹਿਰਾਂ ਦੀ ਸਫਾਈ ਹੋਈ ਵੀ ਹੈ ਕਿ ਨਹੀਂ ਹੋਈ। ਉਹ ਅਧਿਕਾਰੀ ਕੌਣ ਹੈ ਜਿਹਨੇ ਬਾਕੀ ਰਹਿੰਦੀ ਪੇਮੈਂਟ ਉਹਨਾਂ ਨੂੰ ਕੀਤੀ ਤਸੱਲੀ ਕਰਕੇ, ਉਹ ਕੌਣ ਹੈ? ਉਹਨਾਂ ਸਾਰਿਆਂ ਦੀ ਪਹਿਚਾਣ ਕਰਨ ਤੋਂ ਬਾਅਦ ਤਕਰੀਬਨ 200 ਕਰੋੜ ਰੁਪਈਏ ਦੇ ਨਹਿਰਾਂ ਦੀ ਸਫਾਈ ਦੇ ਘੁਟਾਲੇ ਦਾ ਜਿਹੜਾ ਪਹਿਲਾ ਚਲਾਨ ਪੇਸ਼ ਕੀਤਾ ਜਾਏਗਾ। ਗ੍ਰਿਫਤਾਰੀ ਅਜੇ ਤੱਕ ਕੋਈ ਨਹੀਂ ਹੋਈ, ਪਰ ਲੱਗਦਾ ਕਿ ਪਟਾਕੇ ਇਸ ਸਾਰੀ ਜਾਂਚ ਦੇ ਮੁਕੰਮਲ ਹੋਣ ਤੋਂ ਬਾਅਦ ਪੈਣਗੇ ਜ਼ਰੂਰ ਜੀ। ਤੇ ਪੰਜਾਬ ਦੀਆਂ 20% ਔਰਤਾਂ ਜਿਹੜੀਆਂ ਉਹ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ, ਪਰ ਬੜ ਸਾਹਿਬ ਗੱਲ ਇਹ ਵੀ ਹੈ ਕਿ ਪੰਜਾਬਣਾ ਪੂਰੀ ਦੁਨੀਆਂ ਚ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਰਹੀਆਂ। ਸੁਖਨੈਬ ਜੀ, ਗੱਲ ਤੁਹਾਡੀ ਠੀਕ ਹੈ, ਵੱਡੇ ਉਹਨਾਂ ਦੇਸ਼ਾਂ ਦੇ ਵਿੱਚ ਵੀ ਜਿੱਥੇ ਗੱਲ ਮੰਨੀ ਜਾਂਦੀ ਹੈ ਕਿ ਭਾਈ ਔਰਤ ਤੇ ਮਰਦ ਬਰਾਬਰ ਹਰ ਇੱਕ ਪਿੰਡ ਦੇ ਵਿੱਚ ਤੁਰਦੇ ਆ, ਜੇ ਰਸੋਈ ਦਾ ਕੰਮ ਕਰਨਾ ਪੈਂਦਾ ਮਰਦ ਨੂੰ ਵੀ ਕਰਾਉਣਾ ਪੈਂਦਾ, ਤੇ ਬਾਹਰ ਜਾ ਕੇ ਔਰਤ ਵੀ ਬਰਾਬਰ ਕੰਮ ਕਰਦੀ ਹੈ, ਫੈਕਟਰੀਆਂ ਦੇ ਵਿੱਚ ਕਹਿ ਲਓ ਜਾਂ ਕਿਸੇ ਦਫ਼ਤਰ ਦੇ ਵਿੱਚ ਕਹਿ ਲਓ, ਉੱਥੇ ਵੀ ਅਕਸਰ ਏਦਾਂ ਦੀਆਂ ਗੱਲਾਂ ਬਾਤਾਂ ਆਉਂਦੀਆਂ ਕਿ ਭਾਈ ਕੁੱਟ ਕਟਾਪਾ ਹੁੰਦਾ, ਅਜੇ ਤੱਕ ਵੀ ਥੱਲੇ ਲੱਗ ਕਹਿਣਾ ਪੈਂਦਾ। ਹਾਲਾਂਕਿ ਉਹ ਗਿਣਤੀ ਦੇ ਕੇਸ ਨੇ, ਬਹੁਤ ਘੱਟ ਕੇਸ ਨੇ, ਨਹੀਂ ਤਾਂ ਬਰਾਬਰੀ ਦਾ ਦਰਜਾ ਜਿਹੜਾ ਬਹੁਤ ਸਾਰੇ ਥਾਵਾਂ ਤੇ ਦਿੱਤਾ ਜਾ ਰਿਹਾ। ਪਰ ਹੁਣ ਪੰਜਾਬ ਦੀ ਜਿਹੜੀ ਰਿਪੋਰਟ ਹੈ, ਪੰਜਾਬ ਦੇ ਬਾਰੇ ਨੈਸ਼ਨਲ ਫੈਮਿਲੀ ਹੈਲਥ ਸਰਵੇ ਦੀ ਰਿਪੋਰਟ ਹੈ, ਉਹ ਹੈਰਾਨ ਕਰਨ ਵਾਲੀ ਹੈ। ਕਿਤੇ ਕਿਤੇ ਸਾਨੂੰ ਆਪਣੀ ਪੀੜ੍ਹੀ ਦੇ ਹੇਠ ਸੋਟਾ ਫੇਰਨ ਦਾ ਸੁਖਨੈਬ ਜੀ ਮੌਕਾ ਦਿੰਦੀ ਹੈ। ਪੰਜਾਬ ਦੀਆਂ ਤਕਰੀਬਨ 20,000 ਔਰਤਾਂ ਨਾਲ ਗੱਲ ਕੀਤੀ ਗਈ ਇਸ ਸਰਵੇਖਣ ਦੇ ਲਈ, ਬਹੁਤੀਆਂ ਔਰਤਾਂ ਨੇ ਬੇਬਾਕੀ ਨਾਲ ਆਪਣਾ ਪੱਖ ਰੱਖਿਆ। ਹੁਣ ਉਹਦੇ ਵਿੱਚੋਂ ਇੱਕ ਗੱਲ ਤਾਂ ਸਪਸ਼ਟ ਹੋ ਗਈ ਸੀ ਕਿ ਪੰਜਾਬ ਦੀਆਂ 20% ਜਿਹੜੀਆਂ ਔਰਤਾਂ ਨੇ, ਜਾਣੀ ਕਿ 5 ਦੇ ਵਿੱਚੋਂ 1 ਔਰਤ ਘਰੇਲੂ ਹਿੰਸਾ ਦਾ ਸ਼ਿਕਾਰ ਹੈ, ਭਾਵੇਂ ਉਹ ਕੁੱਟ ਕਟਾਪੇ ਦੇ ਰੂਪ ਚ ਹੋਵੇ, ਭਾਵੇਂ ਧੌਲ ਧੱਫੇ ਦੇ ਰੂਪ ਚ ਹੋਵੇ, ਭਾਵੇਂ ਧੱਕਾ ਦਿੱਤਾ ਜਾਵੇ, ਤੇ ਭਾਵੇਂ ਬਹੁਤ ਭੱਦੀ ਸ਼ਬਦਾਵਲੀ ਦੇ ਵਿੱਚ ਉਹਨੂੰ ਜਿਹੜਾ ਤਾਨੇ ਮਾਰੇ ਜਾਣ। ਹੁਣ ਇਹਦੇ ਵਿੱਚੋਂ ਇਹ ਗੱਲ ਸਪਸ਼ਟ ਹੋ ਗਈ ਸੀ ਕਿ 20.5% ਔਰਤਾਂ ਜਿਹੜੀਆਂ ਘਰੇਲੂ ਹਿੰਸਾ ਦਾ ਸ਼ਿਕਾਰ ਆ, ਉਹਦੇ ਵਿੱਚੋਂ 1% ਨੂੰ ਛੱਡ ਕੇ ਬਾਕੀ ਸਾਰੀਆਂ ਜਿਹੜੀਆਂ ਵਿਆਹੀਆਂ ਹੋਈਆਂ ਨੇ। ਤੇ ਨਾਲ ਦੀ ਨਾਲ ਸਭ ਤੋਂ ਹੈਰਾਨੀਜਨਕ ਅੰਕੜਾ ਕਿ ਘਰੇਲੂ ਹਿੰਸਾ ਦੀਆਂ ਸ਼ਿਕਾਰ 63% ਔਰਤਾਂ ਜਿਹੜੀਆਂ ਨੇ, ਉਹ ਕਦੇ ਵੀ ਕਿਸੇ ਦੇ ਨਾਲ ਗੱਲ ਨਹੀਂ ਕਰਦੀਆਂ, ਕਾਨੂੰਨੀ ਤੌਰ ਦੇ ਉੱਤੇ ਆਪਣੇ ਨਾਲ ਹੋਈ ਹਿੰਸਾ ਦਾ ਇਨਸਾਫ ਨਹੀਂ ਲੈਂਦੀਆਂ। ਕਿਉਂ ਨਹੀਂ ਲੈਂਦੀਆਂ? ਹੈਰਾਨੀਜਨਕ ਗੱਲ ਹੈ ਕਿ ਅੱਜ ਵੀ ਉਹਨਾਂ ਔਰਤਾਂ ਨੂੰ ਲੱਗਦਾ ਕਿ ਜੇ ਅਸੀਂ ਘਰ ਦੀ ਦਹਿਲੀਜ਼ ਤੋਂ ਬਾਹਰ ਪੈਰ ਰੱਖ ਕੇ ਥਾਣੇ ਗਈਆਂ, ਅਦਾਲਤਾਂ 'ਚ ਗਈਆਂ, ਨਾ ਫਿਰ ਸਾਨੂੰ ਸਹੁਰੇ ਪਰਿਵਾਰ ਨੇ ਰੱਖਣਾ ਤੇ ਨਾ ਪੇਕੇ ਪਰਿਵਾਰ ਨੇ ਰੱਖਣਾ। ਇਸ ਕਰਕੇ ਆਪਣੇ ਘਰਾਂ ਦੇ ਆਸ ਪਾਸ ਆਪਾਂ ਕਈ ਵਾਰ ਵੇਖਿਆ ਕਿ ਇੱਦਾਂ ਦੇ ਵਰਤਾਰੇ ਹੁੰਦੇ ਆ ਕਿ ਹਰ 4-5 ਦਿਨ ਕੁੱਟ ਕਟਾਪੇ ਦੀਆਂ, ਰੌਲੇ ਦੌਲੇ ਦੀਆਂ, ਗਾਲੀ ਗਲੋਚ ਦੀਆਂ ਜਿਹੜੀਆਂ ਆਵਾਜ਼ਾਂ ਸੁਣਨ ਨੂੰ ਮਿਲਦੀਆਂ, ਤੇ ਦੂਸਰੇ ਦਿਨ ਉਹੀ ਔਰਤ ਜਿਹੜੀ ਹੁੰਦੀ ਆ ਸਵੇਰੇ ਉੱਠ ਕੇ ਰੋਟੀ ਟੁੱਕ ਵੀ ਕਰਕੇ ਦਿੰਦੀ ਹੈ, ਡੱਬੇ 'ਚ ਵੀ ਪਾ ਕੇ ਦਿੰਦੀ ਹੈ, ਤੇ ਉਹੀ ਸਿਸਕੀਆਂ ਜਿਹੜੀਆਂ ਨਾਲ ਨਾਲ ਚੱਲਦੀਆਂ ਰਹਿੰਦੀਆਂ, ਪਰ ਕਿਸੇ ਪਾਸੇ ਸ਼ਿਕਾਇਤ ਨਹੀਂ ਹੁੰਦੀ। ਦੋ ਚੀਜ਼ਾਂ ਇਹ ਸਾਰੇ ਸਰਵੇਖਣ ਦੇ ਵਿੱਚ
ਸੁਖਨੈਬ ਜੀ ਜਿਨ੍ਹਾਂ ਨੇ ਜ਼ਿਆਦਾ ਤੰਗ ਕੀਤਾ ਘਰੇਲੂ ਹਿੰਸਾ ਦੇ ਜਿਹੜੇ ਸੱਤ ਵੱਡੇ ਕਾਰਨ ਆਏ ਉਹਨਾਂ ਦੇ ਵਿੱਚੋਂ ਇੱਕ ਕਾਰਨ ਇਹ ਸੀ ਕਿ ਜੇ ਕੋਈ ਔਰਤ ਵਾਰ ਵਾਰ ਬੇਟੀ ਨੂੰ ਜਨਮ ਦਿੰਦੀ ਹੈ ਉਹਨੂੰ ਵੀ ਬਹੁਤੀ ਵਾਰ ਜਿਹੜਾ ਉਹ ਪਰਿਵਾਰ ਵੱਲੋਂ ਕੁੱਟਮਾਰ ਦਾ ਸ਼ਿਕਾਰ ਬਣਾਇਆ ਜਾਂਦਾ, ਖਾਸ ਤੌਰ ਦੇ ਉੱਤੇ ਸੱਸ ਦੇ ਪਤੀ ਵੱਲੋਂ। ਹਾਲਾਂਕਿ ਕਾਨੂੰਨ ਦੀ ਉਲੰਘਣਾ ਵੀ ਬੜੀ ਹੋਈ, ਕਈ ਔਰਤਾਂ ਨੇ ਐਵੇਂ ਕਹਿ ਦਿੱਤਾ, ਪਰ ਇਹ ਗੱਲ ਕਾਫੀ ਹੱਦ ਤੱਕ ਜਾਇਜ਼ ਹੈ ਕਿ ਅੱਜ ਵੀ ਭਾਵੇਂ ਉਹ ਕੁਝ ਬਹੁਤ ਘੱਟ ਗਿਣਤੀ ਵਾਲੇ ਲੋਕ ਹੋਣ, ਪਰ ਜਦੋਂ ਘਰ ਦੇ ਵਿੱਚ ਬੇਟੀ ਜਨਮ ਲੈਂਦੀ ਹੈ ਤਾਂ ਉਸ ਵੇਲੇ ਫਿਰ ਨਾ ਉਹਦਾ ਮਾਣ ਸਤਿਕਾਰ ਘੱਟ ਜਾਂਦਾ। ਇਹਦੇ ਨਾਲ ਨਾਲ ਇੱਕ ਹੋਰ ਮਸਲਾ ਕਿ ਪਤੀ ਜਿਹੜਾ ਇਸ ਵੇਲੇ ਬਹੁਤਾ ਕਰਕੇ 60% ਮਾਮਲੇ ਜਿਹਨਾਂ ਦਾ ਕਿਤਾਬਾਂ ਨਿਕਲਦਾ ਔਰਤਾਂ ਦਾ ਕੁੱਟ ਕਿਤਾਬੇ ਦਾ ਸ਼ਿਕਾਰ ਹੁੰਦੀਆਂ, 60% ਮਰਦ ਜਿਹੜੇ ਨਸ਼ੇ ਦੇ ਵਿੱਚ ਆ ਕੇ ਉਹਨਾਂ ਨੂੰ ਕੁੱਟਦੇ ਆ। ਦੇਖੋ ਆਪਾਂ ਕਈ ਵਾਰ ਗੱਲ ਕੀਤੀ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੇ ਕਰਕੇ ਲੋਕਾਂ ਦੀ ਸਿਹਤ ਜਾਂਦੀ ਰਹੀ ਹੈ, ਨਪੁੰਸਕਤਾ ਦਾ ਸ਼ਿਕਾਰ ਹੁੰਦੇ ਆ, ਨਸ਼ਿਆਂ ਦੇ ਕਰਕੇ ਮੌਤਾਂ ਛੇਤੀ ਹੋ ਜਾਂਦੀਆਂ, ਦਾਜ ਜਿਹੜੀਆਂ ਉਹ ਇੱਕ ਦੂਜੇ ਤੇ ਲੁੱਟ ਖੋਹ ਦੀਆਂ ਘਟਨਾਵਾਂ ਵੱਧ ਰਹੀਆਂ, ਪਰ ਕਦੇ ਇਧਰ ਦੇ ਪਾਸੇ ਨੂੰ ਬਹੁਤਾ ਧਿਆਨ ਨਹੀਂ ਸੀ ਗਿਆ ਕਿ ਜਿੰਨੇ ਵੱਧ ਨਸ਼ੇੜੀ ਨੇ ਘਰਾਂ ਦੇ ਵਿੱਚ ਹਿੰਸਾ ਵੀ ਉਨੀ ਜ਼ਿਆਦਾ ਕਰਦੇ ਆ। ਇਸ ਕਰਕੇ ਇਹ ਦੋ ਮਸਲੇ, ਇੱਕ ਨਸ਼ਾ ਕਰਕੇ ਆਉਣ ਵਾਲੇ ਜਿਹੜੇ ਬੰਦੇ ਨੇ ਉਹ ਔਰਤਾਂ ਤੇ ਵੱਧ ਤਸ਼ੱਦਦ ਕਰਦੇ ਆ, ਤੇ ਦੂਸਰਾ ਜੇ ਬੇਟੀ ਦੇ ਜਨਮ ਲੈਣ ਤੇ ਅਜੇ ਤੱਕ ਵੀ ਜਿਹੜਾ ਉਹ ਟੀਕਾ ਟਿੱਪਣੀ ਦਾ ਸਾਹਮਣਾ ਕਰਨਾ ਪੈਂਦਾ ਉਹਨੂੰ ਇੱਕ ਤਰ੍ਹਾਂ ਦੀ ਨਾਲ ਕਈ ਵਾਰ ਕਹਿ ਤਾ ਜਾਂਦਾ ਕਿ ਤੂੰ ਤਾਂ ਨਹਿਸ਼ ਆ ਭਾਈ, ਹਰ ਸਾਲ ਔਰਤ ਜਿਹੜੀ ਹੈ ਉਹ ਤੂੰ ਬੇਟੀ ਨੂੰ ਜਨਮ ਦਿੰਦੀ ਆ, ਮਾੜੀ ਗੱਲ ਹੈ। ਉਹ ਜਿਹੜੀਆਂ ਗੱਲਾਂ ਕਿਤੇ ਨਾ ਕਿਤੇ ਔਖਾ ਕਰਦੀਆਂ, ਦਿਨ ਰਾਤ ਸਪੀਕਰਾਂ ਦੇ ਵਿੱਚ ਗੁਰਬਾਣੀ ਚੱਲਦੀ ਹੈ, ਜਿੱਥੇ ਔਰਤ ਨੂੰ ਦਰਜਾ ਕਿਹੜਾ ਦਿੱਤਾ ਜਾਂਦਾ, ਅਸੀਂ ਉੱਥੇ ਜਾ ਕੇ ਸੁੱਖਾਂ ਦੀ ਸੁੱਖਦੇ ਹਾਂ ਕਿ ਭਾਈ ਸਾਡੇ ਘਰ ਮੁੰਡੇ ਨੇ ਜਨਮ ਲੈਣਾ ਤਾਂ ਹੀ ਚੰਗਾ, ਅਸੀਂ ਬਚਦੇ ਹੀ ਤਾਂ ਆ, ਤੇ ਜੇ ਬੇਟੀ ਜਨਮ ਲੈਂਦੀ ਹੈ ਉਸ ਗੁਰੂ ਘਰ ਤੋਂ ਆ ਕੇ ਅਸੀਂ ਨੂੰ ਕਹੀ ਜਾਂਦੇ ਕਿ ਤੂੰ ਅਜੇ ਚਾਹ ਨਹੀਂ ਬਣੀ, ਤੂੰ ਅਜੇ ਹੈਰਾਨ ਨਹੀਂ ਦੇਖੀ ਜਾਂਦੀ ਹੈ, ਇਹ ਟੁਕੜਾ ਕੁੜੀਆਂ ਦਾ ਜੰਮ ਕੇ ਸੁੱਟ ਦਿੱਤਾ। ਇਹ ਗੱਲਾਂ ਘਰਾਂ ਦੇ ਵਿੱਚ ਕਈ ਵਾਰ ਸੁਣਨ ਨੂੰ ਮਿਲਦੀਆਂ, ਹਾਲਾਂਕਿ ਬਹੁਤ ਸਾਰੇ ਲੋਕਾਂ ਨੇ ਆਪਣਾ ਮਾਨਸਿਕ ਪੱਧਰ ਉੱਪਰ ਕਰ ਲਿਆ, ਪਰ ਫਿਰ ਵੀ ਸੁਖਨੈਬ ਜੀ ਕਿਤੇ ਨਾ ਕਿਤੇ ਨੈਤਿਕਤਾ ਦੀ ਦੁਹਾਈ ਦੇਣ ਵਾਲੇ ਪੰਜਾਬ ਨੂੰ, ਗੁਰਬਾਣੀ ਦੇ ਵਿੱਚ ਗਰੁੱਚ ਰਹਿਣ ਵਾਲੇ ਪੰਜਾਬ ਨੂੰ ਅਮਲ ਕਰਨਾ ਸਿੱਖਣਾ ਚਾਹੀਦਾ, ਨਹੀਂ ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਇਸ ਤਰ੍ਹਾਂ ਦੇ ਅੰਕੜੇ ਉਹ ਸਾਡੇ ਮੱਥੇ ਦੇ ਉੱਤੇ ਕਲੰਕੀ ਨੇ ਜੀ। ਤੇ ਮੈਂ ਸਰੋਤਿਆਂ ਨੂੰ ਬੇਨਤੀ ਕਰਦਾ ਜੀ, ਹਜੇ ਤੁਸੀਂ ਕਾਲ ਨਾ ਕਰਿਓ, ਕਿਉਂਕਿ ਮੈਂ ਅਕਸਰ ਹੀ ਅਨਾਊਂਸ ਕਰਦੇ ਰਹਿੰਦੇ ਹਾਂ ਜੀ ਅਸੀਂ ਕਿ ਚੱਲਦੇ ਸ਼ੋਅ ਦੇ ਵਿੱਚ ਕਾਲ ਨਹੀਂ ਲੈਂਦੇ ਹੁੰਦੇ, ਮੇਰੇ ਕੋਲ ਲਗਾਤਾਰ ਕੁਛ ਕਾਲਾਂ ਆ ਰਹੀਆਂ, ਸੋ ਬੇਨਤੀ ਹੈ ਜੀ ਤੁਸੀਂ ਆਪਦਾ ਟਾਈਮ ਵੀ ਖਰਾਬ ਕਰ ਰਹੇ ਹੋ ਤੇ ਇੱਧਰ ਸਰੋਤਿਆਂ ਨੂੰ ਵੀ ਡਿਸਟਰਬੈਂਸ ਹੁੰਦੀ ਹੈ, ਬਾਅਦ ਦੇ ਵਿੱਚ ਕਾਲ ਕਰ ਲਿਓ, ਜਦੋਂ ਅਨਾਊਂਸ ਕੀਤਾ ਉਦੋਂ ਤੁਹਾਡਾ ਟਾਈਮ ਹੁੰਦਾ ਜ਼ਰੂਰ ਉਦੋਂ ਅਸੀਂ ਕਾਲ ਲੈਂਦੇ ਵੀ ਹਾਂ। ਤੇ ਅਗਲੀ ਜਿਹੜੀ ਕਾਲ ਹੈ ਜੀ ਉਹ ਵਟਸਐਪ ਦੀ ਵੀ ਹੋਊਗੀ, ਕਿਉਂਕਿ ਹਜੇ ਕੁਛ ਖਬਰਾਂ ਸਾਰਾਂ ਦੇ ਉੱਤੇ ਅਸੀਂ ਸਾਂਝ ਪਾਉਣੀ ਹੈ, ਤੇ ਨਾਲ ਇਹ ਵੀ ਹੈ ਕਿ ਜੇ ਤੁਸੀਂ ਚਾਹੋ ਤਾਂ ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਕੁਛ ਕੁ ਪਲਾਂ ਦੇ ਵਾਸਤੇ ਵਟਸਐਪ